ਉਹ ਆਪਣਾ ਦਰਬਾਰ ਸਾਹਿਬ ਚ ਆ ਜਾਂਦੇ ਉਹ ਇੱਕ ਸਿੰਗਲ ਹੈਂਡਲੀ ਏਦਾਂ ਦੀ ਫੋਰਸ ਸਨ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਿਲੀ ਜਿਹਨੇ ਟੋਟਲੀ ਰੀਡਿਫਾਈਨ ਕਰਤਾ ਜਿਹੜੀ ਸਿੱਖਾਂ ਦੀ ਸੀਗੀ ਉਸ ਟਾਈਮ ਤੇ ਡਿਫੈਂਸ ਅਗੇਂਸਟ ਦ ਇੰਡੀਅਨ ਆਰਮੀ ਇਹ ਨਹੀਂ ਕਿ ਇੰਡੀਅਨ ਆਰਮੀ ਨੇ ਗਲਤ ਪਲਾਨ ਕੀਤਾ ਜਾਂ ਕਿਵੇਂ ਪਰ ਐਡੇ ਐਡੇ ਜਰਨਲ ਨੇ ਇੰਡੀਅਨ ਆਰਮੀ ਦੀ ਐਡੀ ਲੌਂਗ ਹਿਸਟਰੀ ਆ ਆਈ ਡੋਂਟ ਥਿੰਕ ਕਿ ਆਪਣੇ ਵੱਲੋਂ ਰੋਂਗ ਪਲਾਨ ਕਰਕੇ ਚੱਲੇ ਹੋਣ ਪਰ ਕ੍ਰੈਡਿਟ ਸ਼ੁੱਡ ਗੋ ਟੂ ਜਰਨਲ ਬੇਗ ਸਿੰਘ ਜੋ ਮੈਨੂੰ ਮੇਰੇ ਨਾਲ ਦੇ ਦੋਸਤ ਮੇਰੇ ਨਾਲ ਰਹੇ ਸਾਥੀ ਸੁਖਵਿੰਦਰ ਸਿੰਘ ਸਿੰਧਾ ਨੇ ਦੱਸਿਆ ਜਾਂ ਹੋਰ ਬੰਦੇ ਸਾਨੂੰ ਮਿਲੇ ਜਿਹੜੇ ਅੰਦਰ ਅਟੈਕ ਵੇਲੇ ਦੇ ਪਰ ਪ੍ਰੈਜ਼ੈਂਟ ਇਨਸਾਈਡ ਦਾ ਕਾਲ ਤੱਕ ਸਾਹਿਬ ਉਹ ਜਿਹੜੀ ਗੱਲ ਹੋਈ ਹੈ ਕਿ ਜਨਰਲ ਸੁਰੇਖ ਸਿੰਘ ਆਪ ਪਿਛਲੇ ਮੂਮੈਂਟ ਤੱਕ ਮੋਰਚਿਆਂ ਤੇ ਜਾ ਕੇ ਉਹਨਾਂ ਦਾ ਸੀ ਜਿੱਥੇ ਵੀ ਉਹਨੇ ਸੈਟਅਪ ਕੀਤੇ ਸੀ ਐਂਡ ਜਦੋਂ ਉਹਨਾਂ ਦੀ ਲਾਸਟ ਉਸ ਬੰਦੇ ਨੇ ਸਿੰਗਲ ਹੈਂਡਲੀ ਇੰਡੀਅਨ ਆਰਮੀ ਨੂੰ ਐਡੀ ਵੱਡੀ ਸੈਟਬੈਕ which was not possible ਪੰਜਾਬ ਚ ਗੁੱਸਾ ਵੀ ਸੀ ਬੇਬਸੀ ਵੀ ਸੀ ਵੀ ਇਹ ਸਾਡੇ ਨਾਲ ਇੰਨਾ ਕੁਛ ਹੋ ਗਿਆ ਅਸੀਂ ਕੁਛ ਕਰ ਹੀ ਨਹੀਂ ਸਕੇ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੀ ਹੋਇਆ ਨਾ ਜੀ ਉਸ ਤੋਂ ਬਾਅਦ ਜਿਹੜੀ ਕਨਸਪੀਰੇਸੀ ਥਿਊਰੀ ਚੱਲੀ ਆ ਇਸ ਜਿਹੜਾ ਕਿ ਇਹ ਭਾਵਨਾ ਦਿੱਤੀ ਗਈ ਸੀ ਕਿ ਜਦੋਂ ਵੀ ਦਰਬਾਰ ਸਾਹਿਬ ਤੇ ਜੇ ਅਟੈਕ ਹੋਇਆ ਤਾਂ ਪਾਕਿਸਤਾਨ ਜਿਹੜੀ ਆਰਮੀ ਹੈ that will intervene and they will come in support of the Sikhs ya Sant Janel Singh Dhindra isse tarah eh prachara ja raha si shayad CIA jehdi hegi ya somehow they are supporting Sant Janel Singh Dhindra jadon assi bahar ja ke dekhya idan di koi gall nahi si har friend term 2020 hai ja koi soch raha ke shayad assi Sikh movement dwara khala mile ਸਤਿ ਸ਼੍ਰੀ ਅਕਾਲ ਵਰਲਡ ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਰਿਤੇਸ਼ ਲੱਖੀ ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਕਈ ਦਹਾਕੇ ਵੀ ਚੁੱਕੇ ਹੈਗੇ ਨੇ ਆਪਰੇਸ਼ਨ ਬਲੂ ਸਟਾਰ ਦੀ ਜਦੋਂ ਵੀ ਵਰੇਗੰਢ ਆਉਂਦੀ ਹੈ ਜਦੋਂ ਵੀ ਇਸ ਨੂੰ ਜੂਨ ਦੇ ਮਹੀਨੇ ਵਿੱਚ ਯਾਦ ਕੀਤਾ ਜਾਂਦਾ ਹੈ ਉਸ ਵਿੱਚ ਕਈ ਐਸੇ ਜ਼ਖਮ ਹੈਗੇ ਨੇ ਜੋ ਫਿਰ ਹਰੇ ਹੋ ਜਾਂਦੇ ਨੇ ਉਹ ਹਿਰਦੇ ਜੋ ਕਿ ਵਲੁੰਦਰੇ ਗਏ ਸਨ ਇਸ ਸਾਕੇ ਤੋਂ ਉਹ ਇੱਕ ਵਾਰ ਫਿਰ ਸੋਚਣ ਲਈ ਯਾਦ ਕਰਨ ਲਈ ਮਜਬੂਰ ਹੁੰਦੇ ਨੇ ਦੁਨੀਆ ਭਰ ਦੇ ਵਿੱਚ ਕਈ ਕਿਸਮ ਦੀ ਗੱਲਾਂ ਬਾਤਾਂ ਚੱਲਦੀਆਂ ਨੇ ਨੈਵਰ ਫੋਰਗੇਟ 84 ਦੀ ਗੱਲ ਕੀਤੀ ਜਾਂਦੀ ਹੈ 2020 ਰੈਫਰੈਂਡਮ ਦੀ ਗੱਲ ਕੀਤੀ ਜਾਂਦੀ ਹੈ ਅਤੇ ਆਪਰੇਸ਼ਨ ਬਲੂ ਸਟਾਰ ਨੂੰ ਯਾਦ ਕਰਨ ਦੇ ਮੌਕੇ ਸਵਾਲ ਪੈਦਾ ਕੀਤੇ ਜਾਂਦੇ ਨੇ ਉਸ ਇਨਸਾਫ 'ਤੇ ਜੋ ਕਿ ਹੋ ਨਹੀਂ ਸਕਿਆ ਉਸ ਕਲੋਜ਼ਰ 'ਤੇ ਜੋ ਕਿ ਹੋ ਨਹੀਂ ਸਕਿਆ ਉਸ ਵਕਤ ਜਦੋਂ ਕਿ ਕੌਮ ਦੇ ਜਜ਼ਬਾਤਾਂ ਨੂੰ ਇਸ ਸਾਕੇ ਦੀ ਯਾਦ ਦਵਾ ਕੇ ਕਈ ਵਾਰ ਪ੍ਰਵੋਕ ਕੀਤੇ ਜਾਣ ਦੀ ਉਹਨਾਂ ਨੂੰ ਉਕਸਾਏ ਜਾਣ ਦੀਆਂ ਵੀ ਕੋਸ਼ਿਸ਼ਾਂ ਹੁੰਦੀਆਂ ਨੇ ਸਰਹੱਦੋਂ ਪਾਰ ਹੁੰਦੀਆਂ ਨੇ ਅਮਰੀਕਾ ਤੋਂ ਬੈਠ ਕੇ ਹੁੰਦੀਆਂ ਨੇ ਕਈ ਐਸੇ ਜਥੇਬੰਦੀਆਂ ਨੇ ਜੋ ਕਿ ਨੌਜਵਾਨਾਂ ਨੂੰ ਫਿਰ ਇੱਕ ਵਾਰ ਵੱਖਵਾਦ ਅਲਗਾਵਾਦ ਦੀ ਗੱਲ ਕਰਨ ਲਈ ਜਾਂ ਉਸਦੇ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਨੇ ਉਸ ਵਕਤ ਇਸ ਸਾਕੇ ਦੇ ਬਾਰੇ ਦੁਬਾਰਾ ਗੱਲ ਕਰਨ ਦਾ ਅੱਜ ਦੀ ਸਾਡੀ ਇਸ ਚਰਚਾ ਦਾ ਮਕਸਦ ਥੋੜ੍ਹਾ ਵੱਖਰਾ ਹੈ ਅੱਜ ਅਸੀਂ ਕੁਛ ਐਸੀ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਐਸੀ ਸ਼ਖਸੀਅਤ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਪ੍ਰੇਰਿਤ ਹੋਏ ਸਨ ਇੱਕ ਵੱਖਵਾਦੀ ਧਾਰਾ ਵੱਲ ਤੁਰਨ ਲਈ ਇੱਕ ਰੈਡੀਕਲ ਫੋਰਮ ਵੱਲ ਤੁਰਨ ਲਈ ਉਹਨਾਂ ਨੇ ਇੱਕ ਵੱਖਰਾ ਰਸਤਾ ਅਖਤਿਆਰ ਕੀਤਾ ਲੇਕਿਨ ਅੱਜ ਉਹ ਮੁੱਖ ਧਾਰਾ ਵਿੱਚ ਵਾਪਸ ਆ ਚੁੱਕੇ ਹੈਗੇ ਨੇ 36 ਸਾਲ ਬਾਅਦ ਮੁੱਖ ਧਾਰਾ ਦੇ ਵਿੱਚ ਵਾਪਸ ਆਏ ਉਸ ਦਿਲ ਦਹਿਲਾ ਦੇਣ ਵਾਲੇ ਸਾਕੇ ਆਪਰੇਸ਼ਨ ਬਲੂ ਸਟਾਰ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਦੇ ਵਿੱਚ ਕਾਂਗਰਸ ਦੇ ਲੀਡਰ ਲਲਿਤ ਮਾਕਨ ਦੀ ਹੱਤਿਆ ਕਰਨ ਦੇ ਜਿਹੜੇ ਮੇਨ ਸਾਜ਼ਿਸ਼ ਕਰਤਾ ਸੀ ਉਹਨਾਂ ਵਿੱਚੋਂ ਇੱਕ ਹੈਗੇ ਨੇ ਉਹ ਸ਼ਖਸ ਜੋ ਕਿ ਅੱਜ ਸਾਡੇ ਨਾਲ ਜੁਟ ਰਹੇ ਹੈਗੇ ਨੇ ਰਣਜੀਤ ਸਿੰਘ ਗਿੱਲ ਸਾਹਿਬ ਜਿਹਨਾਂ ਨੂੰ ਰਣਜੀਤ ਸਿੰਘ ਕੁੱਕੀ ਗਿੱਲ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਉਹ ਇਸ ਵਕਤ ਸਿੱਧੇ ਸਾਡੇ ਨਾਲ ਜੁਟੇ ਹੋਏ ਨੇ ਗਿੱਲ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਵਰਲਡ ਪੰਜਾਬੀ ਟੀਵੀ ਤੇ ਥੈਂਕ ਯੂ ਦਰਸ਼ਕਾਂ ਨੂੰ ਦੱਸ ਦਈਏ ਕਿ ਜੁਲਾਈ 1985 ਦੇ ਮਹੀਨੇ ਦੇ ਵਿੱਚ ਲਲਿਤ ਮਾਕਨ ਨੂੰ ਮਾਰਤਾ ਗਿਆ ਸੀਗਾ ਇਹ ਬਦਲਾ ਲਿਆ ਗਿਆ ਸੀ 1984 ਦੇ ਸਿੱਖ ਕਤਲੇਆਮ ਜੋ ਕਿ ਨਵੰਬਰ ਅਕਤੂਬਰ ਦੇ ਅਖੀਰ ਤੇ ਨਵੰਬਰ ਦੇ ਵਿੱਚ ਹੋਇਆ ਸੀ ਲੇਕਿਨ ਜੂਨ 1984 ਦੇ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਜੋ ਕੁਛ ਹੋਇਆ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਉਸ ਤੋਂ ਬਾਅਦ
एक बहुत वड्डे वर्ग से एक बहुत वड्डे नौजवानों की एक लड़ी सी जो कि इस पूरे साके नू देख के इस नुकसान नू वेख के एक वक्री धारा वल तुर बैठी सी। उसी लड़ी उसी बैच दे विच एक शख्सियत सन रणजीत सिंह कुकी गिल जिन्होंने ललित माकन नू कुछ अपने ही हम ख्याल जड़े नौजवान सन उन्होंने नाल मिलकर ना सिर्फ मार मुकाया बल्कि उस तो बाद ये बाहर चले गए अमेरिका दे विच लगभग 14 साल इन्होंने जेल कट्टी। उस तो बाद वापस इन्हों भारत में एक्सट्राडाइट किया गया रिपोर्ट किया गया भारत के इन्होंने कुछ साल दिल्ली के भी जेल कट्टी जिस तो बाद अवंतिका माकन जो कि ललित माकन की बेटी है उन्होंने संपर्क में या राबते आने तो बाद एक ऐसा माहौल बनया भी अवंतिका माकन की पहल के उत्ते कुकी साहब की जी सज़ा सी उसनू माफ़ करता गया। एक बहुत वड्डा घटनाक्रम सी क्योंकि अमूमन एक ऐसे शख्स वालों अपने पिता के हत्यारिया के ग्रुप में शुमार एक शख्स की सज़ा नू माफ़ करता जाता है। एक बहुत एक विचित्र घटना भी सी ते एक इंस्पायर कर देने वाली घटना भी सी लेकिन अज की साड़ी चर्चा का सबब रणजीत सिंह गिल साहब के नाल उस 1984 के ऑपरेशन ब्लू स्टार नू ओ ना सिर्फ याद किवें करते हैं बल्कि 36 साल बाद अज जदों कि मुख धारा विच वापस आ चुके ने ते जदों सरहदों पार विदेशों की धरती तो खालिस्तान या 2020 रेफरेंडम के नारे लगते हैं वापस 1984 के सिख कतलेआम या फिर उस तो पहला दे ऑपरेशन ब्लू स्टार नू याद करा के नौजवानों उकसाए जाने की कोशिशें होंदिया ने। उस वक्त वो लोग जो कि इस रस्ते ते कई कई दहाके पहला चल के बहुत चीज़ा अचीव करके या बहुत ऐसे अपने मनोरथ पूरे करके दहाकियां दहाकियां तक जेलों में रह के की महसूस करते हैं अज उसनू समझण का मौका है साढ़े लिए। गिल साहब अज असी ऑपरेशन ब्लू स्टार की गल कर रहे हैं तुसी इस पूरी घटनाक्रम तो बाद काफ़ी प्रभावित होए सन मैं चाहवागा भी तुसी संखेप दे विच पहला तो रीकाउंट करो भी होया की सी 1984 के ब्लू स्टार तो बाद तुसी किवें प्रभावित होए सी जदों तुसी दरबार साहब गए उस तो बाद तुहानू एक सेध मिली उत्थों ते तुसी कैसी राह वल तुर पए जिहदा अगे कोई भविख नहीं सी ते उस तो बाद तुहाडी जिंदगी दे 30 साल 30 तो भी वध साल ऐसे निकले जिन्होंने कि सब कुछ उथल पुथल करके रखता। तुहाडे पिता जी पंजाब खेतीबाड़ी यूनिवर्सिटी विच एक बड़े इलस्ट्रीअस प्रोफेसर सन तुसी खुद एक इंजीनियरिंग दे स्टूडेंट रहे हो ये सब कुछ घटनाक्रम तो बाद अज मुख धारा विच वापस आना ये पूरी जर्नी कहो जी रही। पहले तो मैं रितेश जी ये कहना चाहूंगा कि जेड़ा तुसी अवंतिका माकन वाला हाईलाइट किया है अवंतिका माकन नाल मेरी अंडरस्टैंडिंग हुई सी आफ्टर ए कन्वरसेशन उन्हें प्लेज किया सी कि मैं रिलीज ली थोड़ी ली वर्क करूंगी एंड शी गेव नो ऑब्जेक्शन टू शीला दीक्षित उदे विच नथिंग लाइक कोई माफी या कोई इस तरह का कोई वर्ड नहीं सी। चलो हुण आपां सैकंड गल ते आउने आ दरबार साहब का जिहड़ा साका सीगा ये उस टाइम ते कल्ला यूथ लई ही नहीं सीगा इमोशनली चैलेंजिंग इनफैक्ट सिखां नूं ही इन्हें बलूंदर के रखता सी। सारे सिख उदों पहली बारी महसूस करन लगे सी कि की असी 1947 वेले डिड वी चूज द राइट पाथ जां असी दूसरे मुल्क पाकिस्तान विच सुरक्षित सी। इस दा पछोकड़ इह आ कि जदों तो सिख 1947 तो इंडिया विच आए ने उस तो पहले कई बार 1947 तो पहला सिख होमलैंड की डिमांड उठती रही है। ये भी कहा जाता कि शायद जिन्होंने भी अकाली दल नू जां SGPC दे लीडरां नू कहा सी कि तुसी पाकिस्तान नाल आ जाओ असी तुहानू थोड़े इंटरस्ट सेफगार्ड करांगे ये ना तो कभी अकाली दल जां SGPC ने चैलेंज किया ना ही इस बारे कोई पूरे खुलासे हुए। 1947 तो बाद इमीडिएटली आफ्टर दैट मास्टर तारा सिंह ने पंजाबी सूबे बारे ध्यान केंद्रित किया। यह कैस कैस बड़े साल चलती रही है आखिरकार 1966 विच पंजाब बनिया उहदे नाल किन्नियां ईवेंट्स हुईयां मोर्चे लगे ये कुछ होया तां जाके किते पंजाबी सूबा बनिया सी पर उसके बावजूद भी चंडीगढ़ जिहड़ी कैपिटल सी उह तुहाडे तों लै लिती गई सी तुहाडे तों पाणियां दा कंट्रोल लै लिया गया सी तुहाडे कुछ इलाके जिहड़े रहिंदे तुहाडे पंजाब दे सी उह तुहाडे तों खोह लिते गए सी।
ਕਹਿਣ ਦਾ ਮਤਲਬ ਇਹ ਚੀਜ਼ਾਂ ਸਿਮਰ ਕਰਦੀਆਂ ਰਹੀਆਂ ਕਿ ਦੇਰ ਆਰ ਸਮ ਪਿਨ ਪ੍ਰਿਕਸ ਜਿਹੜੇ ਆਲਵੇਸ ਲਿੰਗਰ ਕਰਦੇ ਰਹੇ ਉਹਨੂੰ ਹਵਾ ਅਕਾਲੀ ਦਲ ਟਾਈਮ ਟੂ ਟਾਈਮ ਦਿੰਦਾ ਰਿਹਾ ਹੈਗਾ। ਉਹਨਾਂ ਦਾ ਮੇਨ ਮਕਸਦ ਕੋਈ ਹੱਲ ਨਹੀਂ ਸੀਗਾ, ਉਹਨਾਂ ਦਾ ਮੇਨ ਮਕਸਦ ਸੀਗਾ ਟੂ ਅਪਰਾਈਜ਼ ਕਰੋ ਇਮੋਸ਼ਨਸ ਨੂੰ ਸਿੱਖਾਂ ਦੀਆਂ, ਟੂ ਗਾਰਨਰ ਦਾ ਪੋਲੀਟੀਕਲ ਸਪੋਰਟ। ਉਹ ਚੀਜ਼ ਚੱਲਦੀ ਰਹੀ ਹੈ ਬਹੁਤ ਸਾਲ ਚੱਲਦੀ ਰਹੀ, ਆਖਿਰਕਾਰ ਉਹਦੀ ਕਲਮੀਨੇਸ਼ਨ ਹੋਈ ਧਰਮ ਯੁੱਧ ਮੋਰਚਾ ਚ। ਧਰਮ ਯੁੱਧ ਮੋਰਚੇ ਤੋਂ ਪਹਿਲੇ ਆਨੰਦਪੁਰ ਸਾਹਿਬ ਦਾ ਰੈਜੋਲੂਸ਼ਨ ਦੀ ਗੱਲ ਉੱਠੀ, ਉਹ ਵੀ ਵੱਖਵਾਦੀ ਗਰਦਾਨਿਆ ਗਿਆ ਸੀਗਾ ਕਿ ਸਿੱਖ ਸੈਪਰੇਟਿਸਟ ਇਹ ਏਜੰਡਾ ਹੈਗਾ। 1948 ਵਿੱਚ ਸਰਦਾਰ ਕਪੂਰ ਸਿੰਘ ਨੇ ਇੱਕ ਸਰਕੂਲਰ ਬਾਹਰ ਕੱਢਿਆ ਸੀ ਬੀਇੰਗ ICS, ਕਿ ਉਹਦੇ ਵਿੱਚ ਲਿਖਿਆ ਸੀ ਕਿ ਸਿੱਖ ਜਿਹੜੇ ਨੇ ਜਰਾਇਮ ਪੇਸ਼ਾ ਕੌਮ ਆ। ਉਹ ਕਿਉਂ ਕੱਢਿਆ ਗਿਆ, ਕਿਸ ਮਕਸਦ ਨਾਲ ਕੱਢਿਆ ਗਿਆ, ਉਹ ਅੱਜ ਤੱਕ ਐਕਸਪਲੇਨ ਨਹੀਂ ਹੋਇਆ, ਨੋਰ ਇਟ ਹੈਜ਼ ਬੀਨ ਡਿਨਾਈਡ। ਇਹ ਜਿਹੜਾ ਧਰਮ ਯੁੱਧ ਮੋਰਚਾ ਚੱਲਿਆ ਉਹਦੇ ਉਸ ਟਾਈਮ ਤੇ ਇੱਕ ਫਿਗਰ ਪੰਜਾਬ ਵਿੱਚ ਅਰਾਈਜ਼ ਹੋਈ ਸੀ, ਸਰ ਜਰਨੈਲ ਸਿੰਘ ਢਿੰਡਰਾਲ, ਜਿਹੜੇ ਕਿ ਉਸ ਟਾਈਮ ਦਮਦਮੇ ਟਕਸਾਲ ਦੇ ਮੁਖੀ ਸੀ। ਬਹੁਤ ਅਖਬਾਰਾਂ ਚ ਬਹੁਤ ਜ਼ਿਆਦਾ ਥਾਵਾਂ ਤੇ ਕਿਹਾ ਜਾਂਦਾ ਹੈ ਕਿ ਇੰਦਰਾ ਗਾਂਧੀ ਵਾਸ ਲੁਕਿੰਗ ਫੋਰ ਏ ਸਿੱਖ ਫੇਸ ਇਨ ਪੰਜਾਬ ਟੂ ਕਾਊਂਟਰ ਦਾ ਅਕਾਲੀ ਦਲ ਇਨਫਲੂਐਂਸ। ਉਸ ਸਿਚੁਏਸ਼ਨ ਦੇ ਵਿੱਚ ਸੰਤ ਜਰਨੈਲ ਸਿੰਘ ਢਿੰਡਰਾਲਾ ਅਮਰਜ ਕੀਤੇ ਨੇ। ਇਹ ਨਹੀਂ ਕਿ ਉਹਨਾਂ ਨੂੰ ਕਾਂਗਰਸ ਦੀ ਬੈਕਿੰਗ ਆ ਜਾਂ ਕਿਵੇਂ ਆ, ਪਰ ਉਸਨੂੰ ਕੋਰੋਬਰੇਟ ਹੁੰਦਾ ਸੀ ਵੇਖਿਆ ਹੈ ਜਾਂ ਉਹ ਸਾਰੀਆਂ ਗੱਲਾਂ ਬਾਤਾਂ ਉਹਨੂੰ ਆਪਾਂ ਜਸਟੀਫਾਈ ਹੁੰਦਾ ਦੇਖਿਆ ਹੈ, ਕਿਤੇ ਕਿਤੇ ਉਹ ਤੱਥ ਨੇ ਪ੍ਰਮਾਣਿਕ ਹੈਗੇ ਨੇ, ਉਹ ਸੀਕੁਐਂਸਿਸ ਆਪਸ ਜੁੜਦੇ ਨੇ। ਠੀਕ ਹੈ, ਕਲੋਜ਼ਰ ਨਹੀਂ ਹੋ ਪਾਇਆ 1984 ਦਾ, ਲੇਕਿਨ ਮੈਂ ਤੁਹਾਡੇ ਤੋਂ ਤੁਹਾਡੇ ਨਿੱਜੀ ਅਨੁਭਵ ਦੀ ਗੱਲ ਕੀਤੀ ਸੀ ਅਤੇ ਮੈਂ ਉਹੀ ਸਮਝਣਾ ਚਾਹਾਂਗਾ ਵੀ ਜਦੋਂ ਇਹ ਸਾਰੀਆਂ ਮੂਵਮੈਂਟਸ ਚੱਲ ਰਹੀਆਂ ਸਨ, ਤੁਸੀਂ 1984 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਦਾ ਜਿਹੜਾ ਘਟਨਾਕ੍ਰਮ ਲੀਡ ਅਪ ਔਰ ਜਿਹੜਾ ਆਪਾਂ ਬਿਲਡ ਅਪ ਹੋਇਆ 1984 ਦਾ, ਉਸ ਵਕਤ ਇਹਦੇ ਬਾਰੇ ਕੀ ਖਿਆਲਾਤ ਰੱਖਦੇ ਸਨ ਅਤੇ ਤੁਹਾਡੀ ਲਾਈਫ ਦਾ ਟਰਨਿੰਗ ਪੁਆਇੰਟ ਕੀ ਸੀ? ਤੁਸੀਂ ਤਾਂ ਇੱਕ ਬੜੀ ਚੰਗੀ ਫੈਮਿਲੀ 'ਚੋਂ ਸਨ ਜੋ ਕਿ ਇੱਕ ਪ੍ਰੋਸਪਰਸ ਫੈਮਿਲੀ ਸੀ, ਤੁਹਾਡੇ ਪਿਤਾ ਜੀ ਪ੍ਰੋਫੈਸਰ ਸਨ ਜਾਂ ਉਹ PAU ਦੇ ਵਿੱਚ ਸੋਧ ਕਰਤਾ ਸਨ, ਉਸ ਹਾਲਾਤ ਦੇ ਵਿੱਚ ਕੀ ਕਾਰਨ ਸੀ ਵੀ 1984 ਤੋਂ ਬਾਅਦ ਜਾਂ ਦਰਬਾਰ ਸਾਹਿਬ ਜਦੋਂ ਤੁਸੀਂ ਸ਼ਾਇਦ ਗਏ ਮੱਥਾ ਟੇਕਿਆ ਜਾਂ ਤੁਹਾਨੂੰ ਉਹਦੀ ਖਬਰਾਂ ਮਿਲੀਆਂ, ਉਸ ਤੋਂ ਬਾਅਦ ਤੁਸੀਂ ਆਪਣੀ ਲੀਹ ਬਦਲੀ, ਇਹ ਕੁਛ ਸਾਲਾਂ ਦੇ ਘਟਨਾਕ੍ਰਮ ਦੇ ਵਿੱਚ ਤੁਹਾਡੀ ਸੋਚ ਕਿਵੇਂ ਬਦਲੀ ਹੈ, ਮੈਂ ਉਹਦੇ ਬਾਰੇ ਸਮਝਣਾ ਚਾਹੁੰਦਾ ਹਾਂ। ਡੈਫੀਨੇਟਲੀ ਇਹ ਤਾਂ ਮੈਂ ਚੀਜ਼ਾਂ ਬਾਅਦ ਚ ਸਟੱਡੀ ਕੀਤੀਆਂ ਕਿ ਵਟ ਟੁੱਕ ਅਸ ਟੂ 1984 ਅਟੈਕ। ਮੈਂ ਉਸ ਗੱਲ ਤੇ, ਕਿਉਂ ਮੇਰੇ ਫਾਦਰ ਜਿਹੜੇ ਸੀ ਹੀ ਵਾਸ ਦਾ ਵਾਈਸ ਚਾਂਸਲਰ ਆਫ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਪਦਮ ਭੂਸ਼ਣ ਅਵਾਰਡੀ ਨੇ। ਉਸ ਤੋਂ ਬਾਅਦ ਜਦੋਂ ਇਹ ਧਰਮ ਯੁੱਧ ਮੋਰਚਾ, ਉਦੋਂ ਸੰਤ ਜਰਨੈਲ ਸਿੰਘ ਢਿੰਡਰਾਲਾ ਟੂ ਵਾਸ ਏ ਮੇਜਰ ਪਲੇਅਰ, ਤੇ ਵੀ ਯੂਸ ਟੂ ਸਟੱਡੀ ਅਬਾਊਟ ਹਿਮ ਇਨ ਦਾ ਨਿਊਜ਼ ਪੇਪਰਸ, ਤੇ ਉਹਨਾਂ ਨੇ ਜਿੱਥੇ ਵੀ ਜਾਣਾ ਹਥਿਆਰਾਂ ਵਾਲੇ ਬੰਦੇ ਉਹਨਾਂ ਦੇ ਨਾਲ ਹੁੰਦੇ ਸੀ, ਵੱਡੇ ਜਥੇ ਹੁੰਦੇ ਸੀ, ਐਂਡ ਹਿਜ਼ ਅਪੀਲ ਵਾਸ ਵੈਰੀ ਸਟਰੋਂਗ ਅਮੰਗ ਦਾ ਸਿੱਖ ਯੂਥ। ਪਰ ਮੈਂ ਕਦੀ ਉਹਨਾਂ ਦੇ ਨਾ ਦਰਸ਼ਨ ਕੀਤੇ ਨਾ ਮੈਂ, ਨੋਟ ਡੂ ਆਈ ਵਾਸ ਇਨਕਲਾਈਨਡ ਕਿ ਇਹ ਕੀ ਕੁਛ ਹੋ ਰਿਹਾ। ਆਈ ਵਾਸ ਮੋਰ ਇਨਕਲਾਈਨਡ ਟੂਵਰਡਸ ਮਾਈ ਸਟੱਡੀਜ਼ ਐਂਡ ਵਟ ਇਜ਼ ਯੂਥਫੁਲ ਐਕਸੂਬਰੈਂਸ। ਪਰ ਜਦੋਂ 84 ਅਲਟੀਮੇਟਲੀ ਜਿਹੜਾ ਆਹ ਸਾਰਾ ਚੱਲ ਰਿਹਾ ਸੀ ਹੇਕਅਪ, ਇਟ ਬ੍ਰੌਟ ਅਸ ਟੂ ਜੂਨ 1984। ਉਸ ਨੂੰ 84 ਦਾ ਜੋ ਹੁਣ ਬਾਹਰ ਆ ਰਿਹਾ ਹੈਗਾ, ਇਟ ਵਾਸ ਬੇਸਿਕਲੀ ਇੰਦਰਾ ਗਾਂਧੀ ਪਲੇ ਟੂ ਅਨੈਕਸ ਪੰਜਾਬ ਐਂਡ ਅਨੈਕਸ ਦਾ ਸਿੱਖ ਕੌਮ, ਕਿ ਇਹ ਸਾਡੇ ਖਿਲਾਫ ਨਾ ਬੋਲਣੋਂ ਹਟੇ, ਕਿਉਂਕਿ ਬਹੁਤ ਵੱਡਾ ਸੈਕਸ਼ਨ ਸਿੱਖਸ ਦਾ ਜਿਹੜਾ ਸੀਗਾ ਉਸ ਟਾਈਮ ਤੇ ਅਕਾਲੀ ਦਲ ਦੇ ਇਨਫਲੂਐਂਸ ਥੱਲੇ ਸੀਗਾ, ਸੰਤ ਜਰਨੈਲ ਸਿੰਘ ਢਿੰਡਰਾਲਾ ਦੇ ਇਨਫਲੂਐਂਸ ਥੱਲੇ ਸੀਗਾ। ਉਸ ਚੀਜ਼ ਨੂੰ ਮਕਸਦ ਰੱਖ ਕੇ ਸ਼ੀ ਹੈਡ ਏ ਪੋਲੀਟੀਕਲ ਮੋਟਿਵ, ਆਪਣੀ ਇੱਕ ਫਿਗਰ ਬਿਗਰ ਦੈਨ ਹਰ ਓਨ ਪਰਸਨੈਲਿਟੀ ਕ੍ਰੀਏਟ ਕਰਨੀ। ਕਿਉਂਕਿ ਜੀ ਉਹ ਕ੍ਰੀਏਟ ਜੀ ਉਹ ਇਹਦੇ ਵਿੱਚ ਤਾਂ ਕਈ ਗੱਲਾਂ ਬਾਤਾਂ ਹੈਗੀਆਂ ਨੇ, ਆਪਾਂ ਇਹਨੂੰ ਇਤਿਹਾਸਕਾਰਾਂ ਦੇ ਅਲੱਗ ਅਲੱਗ ਚਸ਼ਮਿਆਂ ਤੋਂ ਅਕਸਰ ਵੇਖਦੇ ਰਹੇ ਹਾਂ, ਲੇਕਿਨ ਮੈਂ ਜ਼ਰੂਰ ਸਮਝਣਾ ਚਾਹਾਂਗਾ ਉਹ ਤੁਹਾਡੀ ਲਾਈਫ ਦਾ ਜਿਹੜਾ ਟਰਨਿੰਗ ਪੁਆਇੰਟ ਸੀ 1984 ਉਹ ਕੀ ਸੀ?
ਜਦੋਂ ਦਰਬਾਰ ਸਾਹਿਬ ਤੇ ਅਲਟੀਮੇਟਲੀ ਅਟੈਕ ਹੋਇਆ ਉਸ ਟਾਈਮ ਤੇ ਮੈਂ ਆਪਣੀ ਰਿਸਰਚ ਕਰਨ ਲਈ ਕੇਲੋਂ ਗਿਆ ਸੀ ਸ਼ਾਇਦ ਆਪਣੀ ਪਹਿਲੇ ਵੀ ਕਦੀ ਗੱਲ ਹੋਈ ਹੈ ਮੈਨੂੰ ਕੋਈ ਆਈ ਵਾਸ ਟੋਟਲੀ ਅਲੂਫ ਫਰੋਮ ਦਾ ਪੰਜਾਬ ਸਿਚੁਏਸ਼ਨ ਕਿ ਵਟ ਐਵਰ ਇਜ਼ ਹੈਪਨਿੰਗ ਪਰ ਉੱਥੇ ਜਦੋਂ ਅਸੀਂ ਮੈਂ ਆਪਣੀ ਕਰੋਪ ਸੋ ਕਰਨ ਲਈ ਗਿਆ ਸੀਗਾ ਆਈ ਵਾਸ ਡੂਇੰਗ ਮਾਈ ਐਮ ਐਸ ਸੀ ਇਨ ਪਲਾਂਟ ਸਾਇੰਸ ਜੈਨੇਟਿਕਸ ਉੱਥੇ ਅਸੀਂ ਖਬਰਾਂ ਸੁਣੀਆਂ ਕਿ ਪੰਜਾਬ ਵਿੱਚ ਜਿਹੜਾ ਹੈਗਾ ਕਰਫਿਊ ਲੱਗ ਗਿਆ ਹੈਗਾ ਐਂਡ ਮਿਲਟਰੀ ਹੈਜ਼ ਮੂਵਡ ਇਨ ਸੋ ਐਜ਼ ਏ ਪ੍ਰਕੋਸ਼ਨ ਮੈਂ ਮਨਾਲੀ ਆ ਗਿਆ ਪਰ ਉਦੋਂ ਵੀ ਕੋਈ ਨਹੀਂ ਸੀ ਪਰ ਮੈਂ ਜਦੋਂ ਪਹਿਲੀ ਵਾਰੀ ਰੇਡੀਓ ਤੇ ਸੁਣਿਆ ਤੇ ਪੰਜਾਬ ਬਾਰੇ ਖਬਰਾਂ ਆ ਰਹੀਆਂ ਨੇ ਤਾਂ ਜਿਹੜਾ ਆਲੇ ਦੁਆਲੇ ਸਿੱਖ ਕਰਾਊਡ ਸੀ ਉਹ ਤਾਂ ਬਹੁਤ ਵਰਿਡ ਸੀਗਾ ਯੂ ਕੈਨ ਜੱਜ ਫਰੋਮ ਦਰ ਫੇਸ ਤੇ ਸਾਰੇ ਰੇਡੀਓ ਦੇ ਆਲੇ ਦੁਆਲੇ ਗੈਦਰ ਸੀਗੇ ਉਦੋਂ ਰੇਡੀਓ ਹੀ ਇੱਕ ਸਾਧਨ ਹੁੰਦਾ ਸੀ ਪਰ ਜਿਹੜਾ ਦੂਸਰਾ ਕਰਾਊਡ ਸੀਗਾ ਹਿੰਦੂ ਕਹਿ ਲਓ ਜਾਂ ਕੁਛ ਵੀ ਦੇ ਪਰ ਬੇਸਿਕਲੀ ਫਰੋਮ ਦਰ ਫੇਸਿਸ ਆ ਰਿਹਾ ਸੀ ਵੀ ਉਹਨਾਂ ਨੂੰ ਥੋੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਇੰਡੀਆ ਵਿੱਚ ਇੱਦਾਂ ਦਾ ਮਾਹੌਲ ਕ੍ਰੀਏਟ ਕਰਤਾ ਸੀਗਾ ਕਿ ਸਿੱਖਸ ਆਰ ਬੇਸਿਕਲੀ ਇਹ ਡੇਂਜਰ ਟੂ ਦਾ ਸੋਸਾਇਟੀ ਇਹ ਆਪਣੇ ਧਰਮ ਕਰਮ ਨੂੰ ਵਧਾਉਣ ਕਰਕੇ ਦੂਜੇ ਧਰਮ ਜਿਹੜੇ ਉਹ ਖਤਰੇ ਚਲੇ ਗਏ ਜੀ ਇਹ ਉਸ ਟਾਈਮ ਤੇ ਪਰਸੋਨਾ ਕ੍ਰੀਏਟ ਕਰਦਾ ਸੀ ਉਸ ਚੀਜ਼ ਤੋਂ ਬਾਅਦ ਮੈਂ 13 ਦਿਨਾਂ ਬਾਅਦ ਪੰਜਾਬ ਆਇਆ ਦੈਨ ਆਫਟਰ ਫਿਊ ਡੇਜ਼ 10 ਡੇਜ਼ ਮੋਰ ਆਈ ਟੁੱਕ ਏ ਪਰਮਿਸ਼ਨ ਫਰੋਮ ਦਾ ਡੀਸੀ ਜਿਹੜਾ ਡਿਪਟੀ ਕਮਿਸ਼ਨਰ ਸੀ ਉਸ ਪਰਮਿਸ਼ਨ ਨਾਲ ਮੈਂ ਦਰਬਾਰ ਸਾਹਿਬ ਦੇਖਣ ਗਿਆ ਉਹ ਵੀ ਉਹਨਾਂ ਦੀਆਂ ਸਰਕਾਰੀ ਬੱਸਾਂ 'ਚ ਤੁਸੀਂ ਜਾਂਦੇ ਸੀ ਚਲੋ ਪੈਕਟ ਸ਼ਾਰਟ ਮੈਂ ਜਦੋਂ ਦਰਬਾਰ ਸਾਹਿਬ ਦੇਖਿਆ ਉਦੋਂ ਸਰੋਵਰ ਵਿੱਚ ਸਮੈਲ ਸੀਗੀ ਪਰ ਮੈਂ ਕੋਈ ਬਲੱਡ ਨਹੀਂ ਦੇਖਿਆ ਅਕਾਲ ਤਖ਼ਤ ਵਾਜੀ ਨੇ ਬੈਡ ਸ਼ੇਪ ਟੋਟਲੀ ਸ਼ੈਟਰਡ ਵਿਦ ਬਿਗ ਹੋਲਸ ਦਰਬਾਰ ਸਾਹਿਬ 'ਚ ਐਂ ਪਤਾ ਨਹੀਂ ਸੀ ਲੱਗਦਾ ਕਿ ਇੱਥੇ ਗੋਲੀਆਂ ਚੱਲੀਆਂ ਨੇ ਕਿਉਂਕਿ ਉਹਦੇ ਤੇ ਗੋਲੀਆਂ ਵੱਜੀਆਂ ਸੀ ਬਾਅਦ 'ਚ ਜਿਹੜੇ ਮਾਰਕਸ ਆਏ ਨੇ ਜੋ ਵੀ ਹੈ ਜਿਹੜਾ ਸਮੁੰਦਰੀ ਹਾਲ ਵਾਲਾ ਪਾਸਾ ਸੀ ਦੂਜਾ ਉਹ ਤੁਹਾਨੂੰ ਓਬਵੀਅਸਲੀ ਯੂ ਕੈਨ ਸੀ ਕਿ ਇਟ ਹੈਜ਼ ਬੀਨ ਬਰਨ ਡਾਊਨ ਉੱਥੇ ਕੀ ਬਿਲਡਿੰਗਾਂ ਸੀ ਕਿ ਉਹ ਵੀ ਡਿਡਨਟ ਹੈਵ ਦਾ ਅਸੈਸ ਕਿ ਉੱਧਰ ਜਾ ਕੇ ਦੇਖ ਸਕੀਏ ਨੋਟ ਡੂ ਵੀ ਕੈਨ ਗੋ ਟੂ ਲੰਗਰ ਸਿਰਫ ਅੰਦਰ ਦਰਸ਼ਨ ਕਰਕੇ ਮਿਲਟਰੀ ਦੀ ਪ੍ਰੈਜੈਂਸ ਸੀਗੀ ਇਨਸਾਈਡ ਦਾ ਦਰਬਾਰ ਸਾਹਿਬ ਕੰਪਲੈਕਸ ਟੂ ਬਾਹਰ ਤਾਂ ਸੀਗੀ ਵੈਰੀ ਹੈਵਲੀ ਗਾਰਡਡ ਸੀਗਾ ਉਦੋਂ ਜਦੋਂ ਮੈਂ ਲੋਕਾਂ ਦੀਆਂ ਮੋਸ਼ਨਸ ਦੇਖੀਆਂ ਨੇ ਮੋਸਟਲੀ ਸਾਰੇ ਸਿੱਖ ਸੀਗੇ ਤਾਂ ਜਿਹੜਾ ਯੰਗ ਕਰਾਊਡ ਸੀ ਉਹ ਤਾਂ ਬੋਲ ਰਿਹਾ ਸੀਗਾ ਵੀ ਆਹ ਕੀ ਹੋ ਗਿਆ ਜਾਂ ਗਾਲਾਂ ਕੱਢ ਰਹੇ ਸੀ ਦੂਜਾ ਜਿਹੜਾ ਕੋਈ ਏਜਡ ਬੰਦੇ ਸੀਗੇ ਉਹ ਥੋੜੇ ਸਬਡਿਊਡ ਸੀਗੇ ਪਰ ਫੇਸਿਸ ਉਹਨਾਂ ਦੇ ਸੈਡ ਇਟ ਵਾਸ ਵੈਰੀ ਓਬਵੀਅਸ ਕੋਈ ਏਦਾਂ ਦੀ ਫੀਲਿੰਗ ਕੋਈ ਬੋਲਦਾ ਨਹੀਂ ਸੀ ਜਾਂ ਗਾਲਾਂ ਕੱਢਦੇ ਸੀ ਜਾਂ ਚੁੱਪ ਚਾਪ ਸਾਰੇ ਜਾ ਰਹੇ ਸੀ ਇਟ ਟੁੱਕ ਅਸ ਮੈਨੀ ਆਵਰਸ ਜਦੋਂ ਵੀ ਮੈਂ ਕਰਕੇ ਗਿਆ ਦਰਸ਼ਨ ਵਗੈਰਾ ਉੱਥੇ ਖੜ ਕੇ ਜਦੋਂ ਮੈਂ ਅੰਦਰ ਅਕਾਲ ਤਖ਼ਤ ਸਾਹਿਬ ਕੋਲੇ ਖੜਾ ਸੀਗਾ ਤਾਂ ਮੇਰੇ ਮਨ 'ਚ ਜ਼ਰੂਰ ਆਇਆ ਕਿ ਸਮਥਿੰਗ ਟੈਰੀਬਲ ਰੋਂਗ ਹੈ ਇਹਦੇ ਕੀ ਹੋਇਆ ਕਿਉਂ ਹੋਇਆ ਇਹਦਾ ਮੇਰੇ ਕੋਲ ਕੋਈ ਆਂਸਰ ਨਹੀਂ ਸੀ ਇੰਨਾ ਪਤਾ ਸੀ ਵੀ ਸੰਤ ਜਰਨੈਲ ਸਿੰਘ ਭਿੰਡਾਲਾ ਸ਼ਹੀਦ ਹੋ ਗਏ ਜਨਰਲ ਸਵੇਕ ਸਿੰਘ ਸ਼ਹੀਦ ਹੋ ਗਏ ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ ਹੋਰ ਮੈਂ ਬਹੁਤਿਆਂ ਦੇ ਨਾਂ ਨਹੀਂ ਸੀ ਜਾਣਦਾ ਕਿਉਂਕਿ ਇਹ ਪ੍ਰੋਮੀਨੈਂਟ ਫਿਗਰ ਸੀਗੀ ਬੇਸਿਕਲੀ ਇੱਕ ਰੈਫਰੈਂਸ ਸੀਗੀ ਵੀ ਯਾਰ ਬੜਾ ਬੰਦਿਆਂ ਨੇ ਦਲੇਰੀ ਦਿਖਾਈ ਆ ਕਿਉਂਕਿ ਉਹ ਯੰਗ ਮਾਈਂਡ ਹੁੰਦਾ ਹਿਸਾਬ ਨੂੰ ਹੀ ਦੇਖਦੇ ਕਿ ਲੜ ਕੇ ਮਰ ਗਿਆ ਭਾਵੇਂ ਸ਼ਹੀਦ ਹੋਏ ਜਾਂ ਕਿਸ ਤਰ੍ਹਾਂ ਵੀ ਹੋਇਆ ਉਹ ਸਾਰਿਆਂ ਨੂੰ ਐਂ ਲੱਗਦਾ ਹੁੰਦਾ ਵੀ ਬਹੁਤ ਵੱਡੀ ਬਹਾਦਰੀ ਦਿਖਾਈ ਆ ਵੀ ਇੰਡੀਅਨ ਆਰਮੀ ਦੇ ਖਿਲਾਫ ਲੜੇ ਆਫਟਰ ਦੈਟ ਆਈ ਕੇਮ ਬੈਕ ਟੂ ਲੁਧਿਆਣਾ ਐਂਡ ਆਈ ਸਟਿਲ ਵਾਸ ਪਰਸਿਊਇੰਗ ਮਾਈ ਸਟੱਡੀਜ਼ ਪਰ ਮੇਰੇ ਮਨ 'ਚ ਸੀਗਾ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕੀਤੀ ਕੁਛ ਮੰਨੇ ਕੁਛ ਨਹੀਂ ਮੰਨੇ ਕੁਛ ਮੇਰੇ ਨਾਲ ਐਗਰੀ ਕੀਤੇ ਵੀ ਠੀਕ ਆ ਆਪਾਂ ਨੂੰ ਕੁਛ ਸੋਚਣਾ ਚਾਹੀਦਾ ਇਸ ਬਾਰੇ they too were thinking that something has to be done but we didn't knew what to do we didn't knew anyone
नॉ डू वी हैड द फुल स्टोरी पर किते भी जो कोई खबर आउंदी सी दरबार साहब दी जां कुछ हैगा असी बड़े गौना किसी दी सुनदे सी भी कोई आपां नूं आई विटनेस मिल जे जां कुछ मिल जे पर समहाउ आई डिडंट कम अक्रॉस एनीवन। उस तो बाद जिहड़ा होर्स वड्डी वज्जी है पोजीशन मैं अपनी लैब नूं आ रहा सी मैं केसरी पग बनन दा उदों बहुत चा सी इट वॉज नॉट लाइक बाय द सिक्योरिटी फोर्सिस क्योंकि यूनिवर्सिटी के अंदर भी आर्मी प्रेजेंस सी मतलब के लोग भी ज्यादा रिलीजियस हो गए सी कीर्तन वगैरह होने लग गए सी होस्टल्स दे विच इस तरह का माहौल बन गया स्टूडेंट्स जेडे के तदी जिथे गाणियां दे खाड़े लगते सी उथे कीर्तन होने लग गए सी। उस चीज ने जदों मैं 15 अगस्त नूं गवर्नर ने साडे यूनिवर्सिटी झंडा चलाउणा सी मैं जदों उथे अपनी लैब च मैं जांदा हुंदा सी क्योंकि मेरी रिसर्च जिहड़ी आ उह कंप्लीशन वल वध रही सी मैनूं राह विच अजीत सिंह संधू हुंदा सी उदों साडे सब इंस्पैक्टर हुंदा सी सराभा नगर जिहड़ा बाद च बहुत फेमस होया उहनां ने मैनूं रोकिया हैगा भई तूं साडे नाल चल मैं कहा भी मैनूं स्कूटर ते मैं उहनां नाल जिदिया भी आ साडी जिदा जिदाई हुई आ उह थोड़ा बहुता मैनूं जाणदे भी सी मैं कौण आ जां किवें आ ਮੈਨੂੰ ਉਹਨਾਂ ਨੇ ਘਰ ਤੱਕ ਆਉਣ ਦਿੱਤਾ ਵੀ ਸਕੂਟਰ ਰੱਖ ਜਾ ਜਦ ਨੂੰ ਉਹ ਮੇਰੇ ਘਰੇ ਆ ਕੇ ਸਾਰੀ ਪੁਲਿਸ ਵੜ ਗਈ ਆ ਮੈਨੂੰ ਫੜ ਕੇ ਥਾਣਾ ਸਰਾਭਾ ਨਗਰ ਲੈ ਗਏ ਉੱਥੇ ਜਾਂਦੇ ਮੇਰੀ ਪੱਗ ਲਾ ਕੇ ਮਾਰੀ ਆ ਤੇ ਮੈਨੂੰ ਥਾਣੇ ਚ ਬੰਦ ਕਰਤਾ ਉੱਥੇ ਜਦ ਮੈਂ ਗਿਆ ਤਾਂ 40 ਹੋਰ ਸਟੂਡੈਂਟਸ ਕੋਈ ਬਲੈਕ ਟਰਬਨ ਕਰਕੇ ਕੋਈ ਕੇਸਰੀ ਟਰਬਨ ਕਰਕੇ ਫੜਿਆ ਹੋਇਆ ਸੀ ਐਂਡ ਦੇ ਵਰ 4 ਪ੍ਰੋਫੈਸਰਸ ਅਸੀਂ ਜਿਦਾ ਜਿਦਾ ਹੀ ਹੋਈ ਸਮਹਾਉ ਮੇਰੇ ਪਾਪਾ ਦਾ ਇਨਫਲੂਐਂਸ ਸੀਗਾ ਇੱਕ DGP ਜਿਹੜਾ ਉਸ ਟਾਈਮ ਤੇ ਪੰਜਾਬ ਦੇ ਸਰਦਾਰ ਕਿਰਪਾਲ ਸਿੰਘ ਢਿੱਲੋਂ ਉਹ ਪਾਪਾ ਜੀ ਦੇ ਕਲਾਸ ਫੈਲੋ ਸੀ ਉਹ ਵੀ ਬਾਏ ਚਾਂਸ ਪਾਪਾ ਜੀ ਨੂੰ ਗਵਰਨਰ ਸਤਾਰਾ ਵਾਲਾ ਪਾਪਾ ਜੀ ਵੀ ਗਏ ਸੀ ਉਹ ਉੱਥੇ ਮਿਲਿਆ ਉਹਨਾਂ ਨੇ ਇਮੀਡੀਏਟਲੀ ਮੇਰੇ ਕੋਲ ਸੁਨੇਹਾ ਭੇਜਿਆ ਵੀ ਤੂੰ ਬਾਹਰ ਆ ਜਾ ਮੈਂ ਰਿਫਿਊਜ਼ ਕਰਤਾ ਮੈਂ ਕਿਹਾ ਵੀ ਸਾਰੇ ਛੱਡੋ ਮੈਨੂੰ ਐਂ ਪਤਾ ਲੱਗ ਗਿਆ ਸੀ ਵੀ ਕੋਈ ਗੱਲ ਹੋ ਗਈ ਆਖਿਰਕਾਰ ਸ਼ਾਮ ਨੂੰ 5-6 ਵਜੇ ਉਹਨਾਂ ਨੂੰ ਸਾਰੇ ਛੱਡਣੇ ਪਏ ਪ੍ਰੋਫੈਸਰ ਵੀ ਛੱਡੇ ਮੈਨੂੰ ਸਕੋਲਡ ਵੀ ਕੀਤਾ ਇੰਸਪੈਕਟਰ ਨੇ ਉਹਨੇ ਸੰਧੂ ਨੇ ਕਿ ਤੂੰ ਬਾਜ ਆ ਜਾ ਮੈਂ ਕਿਹਾ ਵੀ ਮੈਂ ਕੀਤਾ ਕੀ ਪਰ ਮੈਂ ਘਰੇ ਆ ਗਿਆ ਨੈਕਸਟ ਡੇ ਸਿਰਫ ਇਨ ਦੈਟ ਵੈਰੀ ਜਿਹੜਾ ਗੁੱਸਾ ਸੀ ਤੇ ਹੋਰ ਦਰਬਾਰ ਸਾਹਿਬ ਵਾਲਾ ਸੀ ਅਸੀਂ ਵੀ ਸ਼ਟ ਡਾਊਨ ਦਾ ਯੂਨੀਵਰਸਿਟੀ ਦੈਟ ਵਾਜ਼ ਇਲੀਗਲੀ ਅਖਬਾਰਾਂ ਚ ਵੀ ਆਇਆ ਸੀ ਕਿਉਂਕਿ ਉਦੋਂ ਸਭ ਕੁਛ ਸਟ੍ਰਾਈਕ ਵਗੈਰਾ ਸਭ ਕੁਛ ਬੈਨਡ ਸੀ ਜੀ ਦੈਟ ਵਾਜ਼ ਏ ਬੇਸਿਕਲੀ ਪੁਆਇੰਟ ਆਫ ਪਹਿਲਾ ਪੁਟ ਉਸ ਕਰਕੇ ਉਸ ਤੋਂ ਬਾਅਦ ਮੈਨੂੰ ਕੁਛ ਬੰਦੇ ਮਿਲੇ ਨੇ ਮਤਲਬ ਮੇਰੇ ਫਰੈਂਡ ਨੂੰ ਸਾਨੂੰ ਬੰਦੇ ਮਿਲੇ ਨੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ ਵੀ ਇਹ ਸਿੰਘ ਨੇ ਆਈ ਡੋਂਟ ਨੋ ਹੂ ਸਿੰਘ ਜਾਂ ਕੌਣ ਆ ਉਹਨਾਂ ਨੇ ਆਪਣੇ ਮਨ ਚ ਤਾਂ ਖਾਹਿਸ਼ ਸੀਗੀ ਵੀ ਕੁਛ ਨਾ ਕੁਛ ਕਰੀਏ ਉਹਨਾਂ ਨੇ ਸਾਡੇ ਨਾਲ ਬਹਿ ਕੇ ਇੱਕ ਬੰਦਾ ਆਇਆ ਉਹਨੂੰ ਗੱਲ ਕੀਤੀ ਉਹਨੇ ਦੱਸਿਆ ਕਿ ਮੈਂ ਅੰਦਰ ਸੀਗਾ ਮੈਂ ਪ੍ਰੋਮੀਨੈਂਟ ਬੰਦਾ ਹੈਗਾ ਦਰਬਾਰ ਸਾਹਿਬ ਚੋਂ ਅੰਦਰੋਂ ਆਇਆ ਮੈਂ ਮੂਵਮੈਂਟ ਦੇ ਨਾਲ ਜੁੜਿਆ ਰਿਹਾ ਮੈਂ ਅੰਦਰ ਦਾ ਬੰਦਾ ਉਹਨੇ ਸਾਡੇ ਨਾਲ ਉਹਨੇ ਆਪਣੀ ਆਇਡੈਂਟੀ ਤਾਂ ਨੀ ਦੱਸੀ ਪਰ ਉਹਦੇ ਦੇਖਣ ਤੋਂ ਪੂਰਾ ਸਿੰਘ ਲੱਗਦਾ ਸੀ ਉਹਨੇ ਸਾਡੇ ਨਾਲ ਗੱਲਬਾਤ ਕੀਤੀ ਸਾਰੀ ਲੱਗੀ ਫਿਰ ਸਾਡੇ ਨਾਲ ਕਈ ਹੋਰ ਮੀਟਿੰਗਸ ਕੀਤੀਆਂ ਉਹਨੇ ਉੱਥੋਂ ਪਹਿਲਾ ਸਫ਼ਰ ਸ਼ੁਰੂ ਹੋਇਆ ਤੇ ਤੁਸੀਂ ਲੋਕ ਸਾਰੇ ਇੰਜੀਨੀਅਰ ਸਨ ਤੁਸੀਂ ਲੋਕ ਸਾਰੇ ਪੜ੍ਹੇ ਲਿਖੇ ਨੌਜਵਾਨ ਸਨ ਜੋ ਕਿ ਮਤਲਬ ਥੋੜ੍ਹੇ ਜਿਹੇ ਜਜ਼ਬਾਤ ਵੀ ਸਨ ਥੋੜ੍ਹਾ ਜਿਹਾ ਗੁੱਸਾ ਵੀ ਸੀ ਥੋੜ੍ਹੇ ਜਿਹੇ ਜ਼ਖਮ ਵੀ ਸਨ ਲੇਕਿਨ ਆਹ ਜਿਹੜੀ ਇੱਕ ਹੋਰ ਹਰਕਤ ਹੋਈ ਸੀ 15 ਅਗਸਤ ਵਾਲੀ ਇਸਨੇ ਤੁਹਾਨੂੰ ਹੋਰ ਟ੍ਰਿਗਰ ਦਿੱਤਾ ਸੀ ਇਕੱਠੇ ਸੀਗੇ ਸਾਰੇ ਲੋਕ ਬਿਲਕੁਲ ਮੈਂ ਇਕੱਠੇ ਸੀ ਸਾਰੇ ਨੌਜਵਾਨ ਜਿਹਨਾਂ ਨੂੰ ਇਕੱਠਾ ਉਹਨਾਂ ਨੇ ਐਡਰੈਸ ਕੀਤਾ ਜਿਹੜੇ ਵੀ ਸਿੰਘ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਨਹੀਂ ਨਹੀਂ ਅਸੀਂ 1-2 ਜਣਾ ਸੀ ਓਕੇ ਇਟ ਵਾਸ ਅ ਵੈਰੀ ਸੀਕ੍ਰੇਟਿਵ ਬਹਿ ਕੇ ਗੱਲ ਕੀਤੀ ਹੈਗੀ ਆਈਸੋਲੇਸ਼ਨ ਦੇ ਵਿੱਚ ਪਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਜਜ਼ਬਾ ਰੱਖਦੇ ਹਾਂ ਚੰਗੇ ਘਰਾਂ ਦੇ ਹਾਂ ਦੈਟਸ ਹਾਊ ਦਾ ਥਿੰਗ ਸਟਾਰਟਡ ਫਿਰ ਉਹ ਸਾਨੂੰ ਰਿਪੀਟਡਲੀ ਮਿਲਦੇ ਰਹੇ ਆ ਥੋੜੀ ਨੇੜਤਾ ਵੱਧ ਗਈ ਉਹਨਾਂ ਨੇ ਆਪਣੀ ਦੱਸੀ ਡੰਟੀ ਵਗੈਰਾ ਵੀ ਅਸੀਂ ਕਿਹਦੇ ਨਾਲ ਆ ਬੇਸਿਕਲੀ ਉਹ ਬੱਬਰ ਖਾਲਸਾ ਨਾਲ ਐਸੋਸੀਏਟਡ ਸੀ ਐਂਡ ਦੇ ਵਰ ਵੈਰੀ ਕਲੋਜ਼ ਐਸੋਸੀਏਟਸ ਆਫ ਸੰਦੇਵ ਸਿੰਘ ਬੱਬਰ
पूरा सानू बाद च पता लगे पर उदो उन्होंने अपना दसता सीगा। फिर आई सानू अनोख सिंह मिले ने भाई अनोख सिंह वह भी बब्बर खालसा के मेन बंदे सी पर उन्होंने सानू क्या भी आ भी तुसीं बब्बर खालसा ज्वाइन कर लो। असी डिनाई करता भी असी किसी ऐ ग्रुप वगैरह च नहीं जाना असी सेवा करनी चाहुंदे आ किसी ना किसी तरीके ना ते पंगा लेना। ਕੀ ਸੀ ਤੁਹਾਡੇ ਮਨ ਦੇ ਵਿੱਚ ਕੀ ਸੀ ਉਸ ਵਕਤ ਮਨ ਦੇ ਵਿੱਚ ਕੀ ਸੀ ਕਿਉਂਕਿ ਜਿਸ ਸਮੇਂ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਵਕਤ ਆ 84 ਦਾ ਕਤਲੇਆਮ ਅਕਤੂਬਰ ਨਵੰਬਰ ਦੇ ਵਿੱਚ ਹੋਇਆ 1984 ਦੇ ਵਿੱਚ ਜੀ ਤੇ ਉਸ ਵਕਤ ਇਹ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਈ ਹੈ ਅਗਸਤ ਤੋਂ ਚੱਲ ਰਹੀ ਸੀ ਅਗਸਤ ਤੋਂ ਲੈ ਕੇ ਅਕਤੂਬਰ ਨਵੰਬਰ ਮਤਲਬ ਨਵੰਬਰ 'ਚ ਤਾਂ ਤੁਹਾਨੂੰ ਆਪਣੇ ਟਾਰਗੇਟ ਮਿਲ ਗਏ ਸਨ ਤੁਹਾਨੂੰ ਆਪਣਾ ਟੀਚਾ ਮਿਲ ਗਿਆ ਸੀ ਵੀ ਤੁਸੀਂ ਹੁਣ ਲਲਿਤ ਮਾਕਨ ਨੂੰ ਜਾਂ ਕਿਹਨੂੰ ਟਾਰਗੇਟ ਕਰਨਾ ਹੈ ਉਦੋਂ ਕੋਈ ਟਾਰਗੇਟ ਨਹੀਂ ਸੀ ਕੀ ਕਰਨਾ ਕੀ ਚਾਹ ਰਹੇ ਸੀ ਤੁਸੀਂ ਉਸ ਵਕਤ ਕੀ ਜ਼ਹਿਨ 'ਚ ਸੀਗਾ ਵੀ ਕੁਝ ਕਰਨਾ ਹੈ ਕੀ ਪੰਗਾ ਲੈਣਾ ਚਾਹ ਰਹੇ ਸੀ ਸਿੱਖ ਕਤਲੇਆਮ ਸ਼ੁਰੂ ਹੋਇਆ ਜਦੋਂ ਇੰਦਰਾ ਗਾਂਧੀ ਦੀ ਮੌਤ ਹੋਈ ਵਟ ਵਾਜ਼ ਦੈਟ ਟਰਨਿੰਗ ਪੁਆਇੰਟ ਉਸ ਤੋਂ ਬਾਅਦ ਤੁਹਾਨੂੰ ਆਪਣਾ ਟਾਰਗੇਟ ਕਲੀਅਰ ਮਿਲਿਆ ਲਲਿਤ ਮਾਕਨ ਨਹੀਂ ਉਹ ਤਾਂ ਵੇ ਬਿਓਂਡ ਮਿਲੇ ਉਸ ਤੋਂ ਬਾਅਦ ਉਹ ਤਾਂ ਪਹਿਲੇ ਜਦੋਂ ਇੰਦਰਾ ਗਾਂਧੀ ਮਰੀ ਅਸੀਂ ਯੂਨੀਵਰਸਿਟੀ ਸੀਗੇ 9 ਵਜੇ ਖਬਰਾਂ ਆਉਣ ਲੱਗ ਗਈਆਂ ਸੀ ਤਾਂ ਬੇਸਿਕਲੀ ਅਸੀਂ ਬੜੀ ਖੁਸ਼ੀ ਮਨਾਈ ਆ ਵੀ ਚੱਕ ਤਾਂ ਫੱਟੇ ਹੈ ਨਾ ਸਿੱਖਾਂ ਨੇ ਚੱਕ ਤੇ ਫੱਟੇ ਤੇ ਇਹੀ ਸਾਨੂੰ ਸੀਗਾ ਸਾਨੂੰ ਇਹ ਬਹੁਤਾ ਨਹੀਂ ਸੀ ਵੀ ਆਪਾਂ ਬਦਲਾ ਲੈ ਲਿਆ ਸਿੱਖ ਇਤਿਹਾਸ ਜਿੰਦਾ ਥੋੜਾ ਉਦੋਂ ਟੇਪਸ ਵਗੈਰਾ ਵੀ ਸੁਣਨ ਲੱਗ ਗਏ ਸੰਤਾਂ ਦੀਆਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਕੀਰਤਨ ਸੁਣਨ ਲੱਗ ਗਏ ਸੀ ਉਹ ਵਿਆਖਿਆ ਬਹੁਤ ਤਕੜੀ ਕਰਦੇ ਸੀ ਐਂ ਸੰਤ ਸਿੰਘ ਮਸਕੀਨ ਜਿਹੜੇ ਸੀਗੇ ਵਿਦਵਾਨ ਉਹਨਾਂ ਦੇ ਸੁਣਦੇ ਸੀ ਐਂਡ ਦੇ ਵਰ ਆਲ ਮੋਟੀਵੇਸ਼ਨਲ ਉਹਨਾਂ ਸੰਤਾਂ ਨੇ ਨੀ ਜਿਹੜੀਆਂ ਸਪੀਚਿਸ ਸੀ ਜਿੰਨਾ ਪ੍ਰੋਫੈਸਰ ਦਰਸ਼ਨ ਸਿੰਘ ਤੇ ਸੰਤ ਸਿੰਘ ਮਸਕੀਨ ਦੀਆਂ ਟੇਪਸ ਨੇ ਬਿਆਨ ਬਾਣੀ ਦੀ ਬਾਣੀ ਦਾ ਸਹਾਰਾ ਲੈ ਕੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਜਸਟੀਫਾਈ ਕੀਤਾ ਵੀ ਹੁਣ ਸਿੱਖਾਂ ਨੂੰ ਉੱਠਣਾ ਚਾਹੀਦਾ ਵੀ ਆਪਣੇ ਨਾਲ ਜਾਇਜ਼ੀ ਹੋਈ ਜਦੋਂ 84 ਇਵੈਂਟ ਹੋਈਆਂ ਨੇ ਆਫਟਰ ਦਾ ਅਸੈਸੀਨੇਸ਼ਨ ਆਫ ਇੰਦਰਾ ਗਾਂਧੀ ਮੈਂ 12-13 ਦਿਨਾਂ ਬਾਅਦ ਦਿੱਲੀ ਗਿਆ ਜਦੋਂ ਦਿੱਲੀ ਖੁੱਲੀ ਆ ਮੈਂ ਫਸਟ ਹੈਂਡ ਸਾਰੀ ਡਿਸਟ੍ਰਕਸ਼ਨ ਦੇਖੀ ਆ ਕਾਲੇ ਹੋਏ ਗੁਰਦੁਆਰੇ ਸੜਕਾਂ ਕਾਲੀਆਂ ਲੋਕਾਂ ਦੀਆਂ ਸਟੋਰੀਜ਼ ਜਿਹੜੀਆਂ ਉੱਥੇ ਸੁਣੀਆਂ ਰਿਫਿਊਜੀ ਕੈਂਪ ਸੀਗੇ ਉਹਦੇ ਚ ਮੇਰੇ ਖਿਆਲ ਅਰਾਊਂਡ ਅਬਾਊਟ 50,000 ਸਿੱਖ ਸੀਗੇ ਜਿਹੜੇ ਉੱਥੇ ਰੱਖੇ ਗਏ ਸੀ ਸੋ ਬੇਸਿਕਲੀ ਇਟ ਵਾਜ਼ ਹਰਟਿੰਗ ਕਿ ਇੰਡੀਆ ਵਿੱਚ ਹੀ ਸਿੱਖ ਅਗੇਨ ਰਿਫਿਊਜੀਜ਼ ਬਣ ਗਏ ਨੇ ਤੁਸੀਂ ਉਸ ਵਕਤ ਕੇਸ ਰੱਖੇ ਹੋਏ ਸੀ ਤੁਸੀਂ ਤੁਸੀਂ ਪਗੜੀ ਪਾਈ ਹੋਈ ਸੀ ਕਿਉਂਕਿ ਜੇ ਤੁਸੀਂ 10-15 ਦਿਨ ਬਾਅਦ ਦੀ ਗੱਲ ਕਰ ਰਹੇ ਹੋ ਉਸ ਵਕਤ ਦਾ ਮਾਹੌਲ ਬਹੁਤ ਟੈਂਸ ਰਿਹਾ ਹੋਣਾ ਕਿਉਂਕਿ ਰੈਫਿਊਜੀ ਕੈਂਪ ਸੀ ਸਿੱਖਾਂ ਦੇ ਖਿਲਾਫ ਤਾਂ ਇੱਕ ਬਹੁਤ ਵੱਡੀ ਤਸ਼ੱਦਦ ਹੋਈ ਉਸ ਵਕਤ ਹਾਂ ਬਿਲਕੁਲ ਬਿਲਕੁਲ ਯਾਰ ਉਦੋਂ ਮੈਂ ਪੂਰਾ ਪੂਰਾ ਗੁਰਸਿੱਖ ਬਣ ਚੁੱਕਿਆ ਸੀ ਦਿੱਲੀ ਤੋਂ ਬਾਅਦ ਉਸ ਚੀਜ਼ ਨੇ ਮੈਂ ਜਦੋਂ 2-3 ਦਿਨ ਰਹਾ ਹੈ ਜੀ ਜੀ ਉਹੀ ਕੰਟੀਨਿਊ ਕਰੋ ਜੀ ਉਸ ਤੋਂ ਬਾਅਦ ਮੈਂ ਜਦੋਂ ਵਾਪਸ ਆਇਆ ਮੈਂ ਟਾਕ ਟੂ ਮਾਈ ਫਰੈਂਡਸ ਕਿ ਆਹ ਹਾਲਤ ਹੈਗੀ ਉੱਥੇ ਉਸ ਤੋਂ ਬਾਅਦ ਹੂ ਆਰ ਦੀ ਗਿਲਟੀ ਬੁੱਕ ਆਈ ਆ ਅਸੀਂ ਹੋਰ ਵੀ ਮਨੁਸ਼ੀ ਜਾਂ ਹੋਰ ਵੀ ਕਈ ਆਈਆਂ ਨੇ ਜਿਹੜੇ ਉਸ ਬਾਰੇ ਬੁੱਕਸ ਆਈਆਂ ਨੇ ਅਸੀਂ ਹੂ ਆਰ ਦੀ ਗਿਲਟੀ ਪੜ੍ਹੀ ਜ਼ਰੂਰ ਆ ਸਾਨੂੰ ਲੱਗਿਆ ਜਿਹਦੇ ਚ ਕਲੀਅਰ ਇਨਵੋਲਵਮੈਂਟ ਸੀਗੀ ਕਿ ਇਹ ਕਾਂਗਰਸ ਦੀ ਡਾਇਰੈਕਟ ਇਨਵੋਲਵਮੈਂਟ ਆ ਤੇ ਸਰਟਨ ਇੰਡੀਵਿਜੁਅਲਸ ਨੇ ਇਹ ਜਿਹੜੀਆਂ ਕਿਲਿੰਗਸ ਨੇ ਇਹ ਕਰਵਾਈਆਂ ਜੀ ਸੋ ਗੁੱਸਾ ਤਾਂ ਸੀਗਾ ਦੁਆਰਾ ਹੋਰ ਗੁੱਸਾ ਵੱਧ ਗਿਆ ਦਰਬਾਰ ਸਾਹਿਬ ਤੋਂ ਬਾਅਦ ਸਿੱਖਾਂ ਚ ਵੀ ਸੀਗਾ ਪਰ ਸੰਭਵ ਪੰਜਾਬ ਵਿੱਚ ਕੋਈ ਗੜਬੜ ਨਹੀਂ ਸੀ ਹੋਈ ਪਰ ਜਿਹੜੇ ਸਿੱਖ ਸੀਗੇ ਦਿੱਲੀ ਦੇ ਬੋਕਾਰੋ ਹੋਰ ਥਾਵਾਂ ਤੋਂ ਕਾਨਪੁਰ ਤੋਂ ਉਹਨਾਂ ਦੀਆਂ ਟ੍ਰੇਨਾਂ ਭਰ ਕੇ ਪੰਜਾਬ ਲੁਧਿਆਣਾ ਖਾਸ ਕਰਕੇ ਇੰਡਸਟਰੀਅਲ ਟਾਊਨ ਸੀ ਇੱਥੇ ਆਉਣ ਲੱਗ ਗਏ ਮੈਂ ਦੇਖੀਆਂ ਟ੍ਰੇਨਾਂ ਮੈਂ ਰੇਲਵੇ ਸਟੇਸ਼ਨ ਤੇ ਵੀ ਗਿਆ ਸੋ ਆਈ ਸਾਉ ਦੇ ਫਲਾਈਟ ਮੈਂ ਕੁਛ ਕਰ ਤਾਂ ਸਕਦਾ ਨਹੀਂ ਸੀਗਾ ਮੇਰੇ ਕੋਲ ਨਹੀਂ ਮੈਂ ਉਸ ਤੋਂ ਬਾਅਦ ਸਾਡੇ ਘਰੇ ਪਾਪਾ ਜੀ ਕੋਲੇ
लोग भी आते भी आप कुछ करिए अपने इनाम जोड़े वापस करो। वो दरबार साहब के अटैक तो बाद भी पापा जी कहा गया पर पापा जी ने कहा भी असी तो अपनी सर्विस करके चीजा लिया ने मैं कोई किसी होर करके नहीं लिया पर जो समा आऊगा दैन वी विल थिंक अबाउट क्योंकि बाकी कुशवंत सिंह उन्होंने भगत पूरन सिंह उन्होंने अपने प्राइज जोड़े से उन्होंने मिली हुई से फैलिस्टेशन दे रिटर्न इन प्रोटेस्ट उदो डीसी का जरा जिम्मे ए डी सी हों जो नैक्सट इन कमांड उदो जी ए हों जनरल असिस्टेंट वो भी पीसीएस ऑफिसर वो घरे आया उन्हें पापा जी को मैं भी उत्थे बैठा सीगा उन्हें कहा भी बहुत बेबसी है भी डॉक्टर साहब की करिए सर्विस करने चित नहीं कर क्योंकि तीन आई एस ऑफिसर ने जो दरबार साहब से अटैक होया उन्होंने भी लोंग लीव लै ली मिस्टर गोपा राय से दो होर उस चीज का जो मैं देखा तो साढ़े मन च भी एज ए जंग आता कि बाकी सिचुएशन जी सिखा एलीनेशन की भावना बढ़ गई सानू भी एलीनेशन एक बगानगा कोई पहले ही जो माहौल पढ़े हाँ ਸਾਡੀ ਬਹੁਤ ਹੀ ਹਿੰਦੂਆਂ ਨਾਲ ਇੰਟਰੈਕਸ਼ਨ ਹੈ ਪਰ ਇਹ ਮਨ ਚ ਸੀਗਾ ਕਿ ਯਾਰ ਇਹ ਸਾਰੀ ਲੜਾਈ ਜਿਹੜੀ ਘੁੰਮ ਘੁਮਾ ਕੇ ਹਿੰਦੂ ਸਿੱਖ ਵੱਲ ਨੂੰ ਨਾ ਮੁੜ ਕੇ ਰਹਿ ਦਰਦਨ ਬਣ ਕਿਉਂਕਿ ਜਦੋਂ ਹਿੰਦੂਆਂ ਨੇ ਕਤਲੇਆਮ ਹੋਇਆ ਭਾਵੇਂ ਕਾਂਗਰਸ ਨੇ ਕਰਾਇਆ ਪਰ ਉਹਦਾ ਨਾਂ ਤਾਂ ਇਹੀ ਆਇਆ ਨਾ ਵੀ ਹਿੰਦੂ ਸਿੱਖ ਨੇ ਕਲੈਸ਼ ਕੀਤਾ ਇਹ ਤਾਂ ਨਹੀਂ ਆਇਆ ਵੀ ਕਾਂਗਰਸ ਸਿੱਖਾਂ ਨਾਲ ਕਲੈਸ਼ ਕੀਤਾ ਇਹ ਤਾਂ ਪ੍ਰੋਮੀਨੈਂਟ ਤਾਂ ਗੱਲ ਸੀ ਵੀ ਉਹਦੇ ਨਾਲ ललित माकन थोड़े टारगेट ते कदों डिसाइड होया मिलते रहे पर कोई काम वगैरह नहीं किया जेड़ा कोई किसी तरह का एक्शन ना किसी तरह ਸਾਨੂੰ ਮਿਲਦੇ ਰਹੇ ਆ ਉਹਨਾਂ ਨੇ ਬੇਸਿਕਲੀ ਸਾਨੂੰ ਜਿਹੜਾ ਵੀ ਚਾਹੀਦਾ ਸੀ ਵੇਅਰ ਬਿਟਲ ਵੈਪਨਸ ਜਾਂ ਹੋਰ ਉਹਨਾਂ ਨੇ ਲਿਆ ਕੇ ਦਿੱਤੇ ਪਰ ਅਸੀਂ ਕੋਈ ਯੂਜ ਨਹੀਂ ਕੀਤਾ ਬਹੁਤ ਚਿਰ ਨਹੀਂ ਯੂਜ ਕੀਤਾ ਸਾਨੂੰ ਲੋੜ ਨਹੀਂ ਸੀ ਅਜੇ ਫਿਰ ਉਦੋਂ ਥੋੜੀ ਥੋੜੀ ਸਮਝ ਆ ਗਈ ਸੀ ਵੀ ਆਪਾਂ ਕਰਨਾ ਕੀ ਹੈ ਐਂਡ ਦੈਨ ਵੀ ਸਟਾਰਟਡ ਥਿੰਕਿੰਗ ਕਿ ਕੀ ਹੋਣਾ ਚਾਹੀਦਾ ਪਹਿਲੇ ਵੀ ਥੋਟ ਅਬਾਊਟ ਕਿ ਜਿਹੜੀ ਪੁਲਿਸ ਆ ਇਹ ਬਹੁਤ ਅਤਿਆਚਾਰ ਕਰ ਰਹੀ ਆ ਪੰਜਾਬ 'ਚ ਇਹਨਾਂ ਨੂੰ ਕਿਸੇ ਤਰ੍ਹਾਂ ਠੱਲ ਪਾਈ ਜਾਵੇ ਸੋ ਜਿਹੜਾ ਫਸਟ ਸਾਡੇ ਨਾਲਦਿਆਂ ਨੇ ਜਾਂ ਰਲ ਕੇ ਕੀਤਾ ਉਹ ਸੀਗਾ ਕਿ ਜਿਹੜਾ ਪੁਲਿਸ ਚੀਫ ਸੀ ਲੁਧਿਆਣੇ ਦਾ ਉਹਦੇ ਤੇ ਅਟੈਕ ਹੋਇਆ ਪਰ ਸਮਹਾ ਹੋਈ ਐਸਕੇਪ ਉਹ ਤੁਹਾਡੇ ਸਾਥੀਆਂ ਵੱਲੋਂ ਹੋਇਆ ਸੀ ਉਹ ਤੁਹਾਡੇ ਲਿੰਕ ਦੇ ਵਿੱਚ ਸਨ ਜਿਹੜੇ ਅਟੈਕਰ ਸਨ ਹੈ ਉਹ ਅਟੈਕਰ ਤੁਹਾਡੇ ਲਿੰਕ ਵਿੱਚ ਸਨ ਤੁਹਾਡੇ ਬੰਦੇ ਜਿਹੜੇ ਹਮਲਾਵਰ ਸਨ ਜਿਹੜਾ ਲੁਧਿਆਣਾ ਦੇ ਤੁਸੀਂ ਹਾਂ ਹਾਂ ਪੰਜ ਛੇ ਜਿਹੜੇ ਕਿਹਦੇ ਵੈਰੀ ਕਲੋਜ਼ ਸਾਨੂੰ ਉਦੋਂ ਸਾਨੂੰ ਮਤਲਬ ਕਿ ਜਿਹੜੇ ਜਿਹੜੇ ਗਰੁੱਪ ਨਾਲ ਸਾਡੀ ਬਾਅਦ ਚ ਐਸੋਸੀਏਸ਼ਨ ਹੋਈ ਆ ਦੇ ਟੂ ਸਟਾਰਟਡ ਮੀਟਿੰਗ ਅਸ ਉਹਨਾਂ ਨੇ ਕਿਉਂਕਿ ਉਹਨਾਂ ਦੇ ਮਿਲਣ ਕਰਕੇ ਸਾਨੂੰ ਉਹ ਜ਼ਿਆਦੇ ਅਥੈਂਟਿਕ ਲੱਗੇ ਬੱਬਰਾਂ ਨਾਲੋਂ ਜਾਂ ਸਾਨੂੰ ਲੱਗਿਆ ਕਿ ਸਾਡੀ ਸੋਚ ਇਹਨਾਂ ਨਾਲ ਜ਼ਿਆਦੇ ਮਿਲ ਗਈ ਕੌਣ ਸੀ ਉਹ ਕੌਣ ਲੋਕ ਸਨ ਬੇਸਿਕਲੀ ਕਲੀਨ ਸ਼ੇਵਿੰਗ ਸੀ ਅਸੀਂ ਤਾਂ ਹੈ ਉਹ ਕਿਹੜਾ ਗਰੁੱਪ ਸੀਗਾ ਇਹ ਬੱਬਰਾਂ ਦਾ ਗਰੁੱਪ ਸੀ ਉਹ ਕਿਹੜੇ ਸਨ ਨਹੀਂ ਉਹ ਜਾਂ ਲੂਸ ਕਨੈਕਸ਼ਨ ਸੀ ਪਰ ਉਹ ਬਹੁਤ ক্লোਜ਼ ਐਸੋਸੀਏਟ ਰਹੇ ਸੀ ਸੰਤਾਂ ਦੇ ਅੱਛਾ ਬੇਸਿਕਲੀ ਉਹ ਕਲੀਨ ਸ਼ੇਵਿੰਗ ਹੈ ਰਾਈਟ ਪਰ ਉਹਨਾਂ ਦੇ ਅਸੀਂ ਨਾਂ ਨਹੀਂ ਸੀ ਪਹਿਲੇ ਜਾਣਦੇ ਪਰ ਜਦੋਂ ਗੱਲਬਾਤ ਹੋਈ ਆ ਦੈਨ ਵੀ ਕੈਨ ਜੱਜ ਕਿ ਦੇ ਆਰ ਬੇਸਿਕਲੀ ਅਥੈਂਟਿਕ ਪੀਪਲ ਤੁਹਾਨੂੰ ਬੱਬਰਾਂ ਨੇ ਵੀ ਅਪਰੋਚ ਕੀਤਾ ਤੇ ਤੁਹਾਨੂੰ ਦੂਸਰਿਆਂ ਨੇ ਵੀ ਅਪਰੋਚ ਕੀਤਾ ਕਿ ਇਹ ਵੀ ਸੀਗੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਜਿਹੜੇ ਬੱਬਰ ਸਨ ਉਹਨਾਂ ਦਾ ਆਪਸ ਦੇ ਵਿੱਚ ਟਸਲ ਰਹੀ ਹੈ ਜਦੋਂ 1984 ਦੇ ਬਲੂ ਸਟਾਰ ਤੋਂ ਪਹਿਲਾਂ ਤੇ ਇਹੀ ਕਾਰਨ ਸੀ ਗੁਰੂ ਨਾਨਕ ਨਿਵਾਸ ਛੱਡਣਾ ਪਿਆ ਸੀਗਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਨੂੰ ਇਹਦੇ ਵਿੱਚ ਤਾਂ ਸੱਚਾਈ ਹੈ ਲੇਕਿਨ ਤੁਹਾਡੀ ਚੁਆਇਸ ਕਿਹਦੇ ਵੱਲ ਜ਼ਿਆਦਾ ਸੀ ਬੱਬਰਾਂ ਦੇ ਨਾਲ ਤੁਸੀਂ ਲਿੰਕ ਨਹੀਂ ਜ਼ਿਆਦਾ ਹੋ ਪਾਏ ਲੇਕਿਨ ਇੱਧਰ ਤੁਹਾਡਾ ਝੁਕਾਅ ਵਧਿਆ ਅਤੇ ਬਾਅਦ ਦੇ ਵਿੱਚ ਇਹਨਾਂ ਨੇ ਤੁਹਾਡੀ ਮਦਦ ਅਤੇ ਰਸਦ ਤੁਹਾਨੂੰ ਮੁਹੱਈਆ ਕਰਾਈ ਨਹੀਂ ਲਿੰਕ ਤਾਂ ਬੱਬਰਾਂ ਨਾਲ ਸਾਡਾ ਖੀਰ ਤੱਕ ਰਿਹਾ ਮਤਲਬ ਕਿ ਉਹ ਦੋਨਾਂ ਬੰਦਿਆਂ ਨਾਲ ਸਾਡਾ ਲਿੰਕ ਰਿਹਾ ਇੱਦਾਂ ਦੀ ਗੱਲ ਨਹੀਂ ਕੋਈ ਐਂ ਤੋੜਾ ਵਿਛੋੜਾ ਨਹੀਂ ਸੀ ਪਰ ਅਸੀਂ ਕੋਈ
ਉਹਨਾਂ ਦੇ ਨਾ ਤਾਂ ਮੈਂਬਰ ਸੀ ਨਾ ਅਸੀਂ ਕੋਈ ਆਈਡੀਓਲੋਜੀ ਨੂੰ ਫਾਲੋ ਕਰਦੇ ਸੀ। ਚਲਿਏ ਲਲਿਤ ਮਾਕਨ ਦੇ ਬਾਰੇ ਥੋੜਾ ਦੱਸੋ, ਲਲਿਤ ਮਾਕਨ ਦਾ ਜਿਹੜਾ ਟਾਰਗੇਟ ਸੀ ਉਹ ਕਿਵੇਂ ਚੂਜ਼ ਕੀਤਾ, ਫਾਈਨਲੀ ਉਹ ਘਟਨਾਕ੍ਰਮ ਕੀ ਸੀ? ਜਦੋਂ ਅਸੀਂ ਪਹਿਲੇ ਘਰੋਂ ਸਾਨੂੰ 9 ਜੁਲਾਈ 1985 ਨੂੰ ਪਕੌੜੇ ਦਿੱਤਾ ਗਿਆ, ਵੀ ਵਰ ਡਿਕਲੇਅਰਡ ਪ੍ਰੋਕਲੇਮਡ ਅਫੈਂਡਰਸ। ਕਿਹੜੇ ਕੇਸ 'ਚ? ਉੱਥੋਂ ਸਾਨੂੰ, ਕਿਉਂਕਿ ਪਹਿਲੇ ਉਹ ਸੀਗਾ ਉਹਨੂੰ ਅਟੈਕ ਆਫ ਪੁਲਿਸ ਚੀਫ, ਉਸ ਤੋਂ ਜਦੋਂ ਅਸੀਂ ਘਰੋਂ ਗਏ ਹਾਂ ਉਦੋਂ ਫਿਰ ਅਸੀਂ ਮੱਥੇ ਟੇਕ ਕੇ ਗਏ ਸੀ ਵੀ ਹੁਣ ਵਾਪਸ ਨਹੀਂ ਆਇਆ ਜਾਣਾ। ਦੈਟ ਫਿਰ ਉਸ ਤੋਂ ਬਾਅਦ ਥੋੜ੍ਹਾ ਪੰਜਾਬ 'ਚ ਫਿਰ ਕੇ, ਮਤਲਬ ਕਿ ਆਉਣ ਦੀ ਰਨ ਸੀਗੀ, ਅਸੀਂ ਆਪਣੇ ਵਾਲ ਵੂਲ ਕਟਾ ਲਏ ਅਤੇ ਦੈਨ ਵੀ ਵੈਂਟ ਟੂ ਦਿੱਲੀ। ਦਿੱਲੀ 'ਚ ਜਿਹੜੇ ਬੰਦੇ ਸਾਨੂੰ ਮਿਲੇ ਸੀਗੇ ਉਹ ਦਿੱਲੀ ਰਹਿੰਦੇ ਸੀ, ਸੋ ਵੀ ਵੈਂਟ ਟੂ ਦਿੱਲੀ। ਉਸ ਤੋਂ ਬਾਅਦ ਫਿਰ ਇਹ ਡਿਸਾਈਡ ਹੋਇਆ ਸੀ ਵੀ ਵੀ ਗੋਨਾ ਹਿੱਟ ਦਾ ਪੀਪਲ ਹੂ ਆਰ ਅਕਿਊਜ਼ਡ ਆਫ ਦਾ ਸਿੱਖ ਕਾਰਨੇਜ, ਐਂਡ ਦੈਟ ਥਿੰਗ ਦੇ ਫਿਰ ਵਿਦ ਇਨ ਡੇਜ਼, ਮਤਲਬ ਕਿ ਜੁਲਾਈ 31 ਨੂੰ 1985 'ਚ ਫਸਟ ਹਿੱਟ ਵਾਜ ਮੇਡ ਔਨ ਲਲਿਤ ਮਾਕਨ। ਇਹਦੇ ਤੁਹਾਡੇ ਨਾਲ ਕੌਣ ਲੋਕ ਸਨ? ਤੁਸੀਂ ਤੁਸੀਂ ਇਸ ਦੇ ਤੁਸੀਂ ਯੂ ਆਰ ਦਾ ਮੇਨ ਕਨਸਪੀਰੇਟਰਾਂ ਵਿੱਚੋਂ ਸਨ, ਗਰਾਊਂਡ ਐਗਜ਼ੀਕਿਊਸ਼ਨਰ ਕੋਈ ਹੋਰ ਸਨ, ਤੁਸੀਂ ਲੋਕ ਕੀ ਕੀ ਗਰੁੱਪ ਸੀ? ਤੁਹਾਡੇ ਤੁਹਾਡੇ ਨਾਂ ਵੀ ਬਦਲੇ ਹੋਏ ਸਨ, ਤੁਹਾਡੇ ਸਰੂਪਤਾ ਬਦਲੇ ਹੋਏ ਸਨ, ਤੁਸੀਂ ਦੱਸਿਆ ਬਾਲ ਵਗੈਰਾ ਕਟਾ ਲਏ ਸੀ, ਤੁਸੀਂ ਕੀ ਡਿਟੇਲ ਸਨ? ਸਾਰਾ ਕੁਝ ਬਦਲੇ ਵੀ ਆਇਆ ਨਹੀਂ ਕਿ ਮੈਂ ਚਲਾ ਗਿਆ ਜਾਂ ਦੂਜੇ ਚਲੇ ਗਏ, ਬੇਸਿਕਲੀ ਕਲੈਕਟਿਵ ਸਾਡਾ, ਅਸੀਂ 5-6 ਜਣੇ ਸੀਗੇ, ਸਾਡਾ ਕਲੈਕਟਿਵ ਡਿਸੀਜਨ ਸੀ, ਵਿੱਚੋਂ ਗਏ ਤਾਂ ਥੋੜ੍ਹੇ ਹੀ ਬੰਦੇ ਆ ਜੀ। ਠੀਕ ਹੈ, ਉਹਨਾਂ ਨੇ ਜਾ ਕੇ ਹਿੱਟ ਕੀਤਾ ਹੈਗਾ ਮਾਕਨ ਨੂੰ, ਅਤੇ ਬੇਸਿਕਲੀ ਇਟ ਬਿਕੇਮ ਏ ਬਿਗ ਸਟੋਰੀ ਜਿਹੜੀ ਕਈ ਸਾਲ ਤੱਕ ਚੱਲਦੀ ਰਹੀ ਹੈ, ਅਤੇ ਵੀ ਡਿਡਨਟ ਰਿਅਲਾਈਜ਼ ਕਿ ਐਡਾ ਵੱਡੀ ਹਿੱਟ ਹੋ ਗਈ ਹੈ, ਪਰ ਸਾਨੂੰ ਉਹਦੇ ਨਾਲ ਇੱਕ ਹੋਰ ਉਤਸ਼ਾਹ ਮਿਲ ਗਿਆ ਕਿ ਆਪਾਂ ਟਰੈਕ 'ਤੇ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਤੁਸੀਂ ਲਲਿਤ ਮਾਕਨ ਤੇ ਉਹਨਾਂ ਦੀ ਧਰਮ ਪਤਨੀ ਦੋਨਾਂ ਨੂੰ ਮਾਰਤਾ ਗਿਆ ਸੀਗਾ, ਕਿਉਂਕਿ ਜੇ ਧਰਮ ਪਤਨੀ ਵੀ ਉਹਨਾਂ ਦੇ ਵਿੱਚ ਉਹਨਾਂ ਨੇ ਆ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਵੀ ਸ਼ੀ ਵਾਜ਼ ਕਿਲਡ। ਬਿਲਕੁਲ, ਉਸ ਤੋਂ ਬਾਅਦ ਤੁਸੀਂ ਗਾਇਬ ਹੋ ਗਏ ਕਿੱਥੇ? ਉਸ ਤੋਂ ਬਾਅਦ ਕੁਝ ਦਿਨ ਕਿੱਥੇ ਸੀ ਤੁਸੀਂ? ਜੀ ਜੀ, ਪਲੀਜ਼ ਦੱਸੋ ਉਹਦੇ ਬਾਰੇ ਵੀ। ਜੀ, ਗੀਤਾਂਜਲੀ ਮਾਕਨ ਦਾ ਜਿਹੜਾ ਹੈਪਨਿੰਗ ਹੋਈ ਆ, ਬੇਸਿਕਲੀ ਉਹ ਬਾਏ ਚਾਂਸ ਹੋਈ ਆ, ਬਿਕੋਜ਼ ਲਲਿਤ ਮਾਕਨ ਇੰਜਰ ਹੋਣ ਤੋਂ ਬਾਅਦ ਆਪਣੇ ਵਾਪਸ ਘਰ 'ਚ ਜਾ ਕੇ ਕਲੈਪਸ ਕਰ ਗਿਆ, ਐਂਡ ਸ਼ੀ ਲੇਡ ਔਨ ਇਟ, ਤੇ ਡਿਸਪਾਈਟ ਐਫਰਟਸ ਬਾਏ ਅ ਪੀਪਲ ਟੂ ਗੈਟ ਹਰ ਆਊਟ ਆਫ ਦੈਟ ਗ੍ਰਿਪ, ਸ਼ੀ ਰਿਜ਼ਿਸਟਡ ਐਂਡ ਸ਼ੀ ਨੈਵਰ ਕੇਮ ਆਊਟ, ਐਂਡ ਟਾਈਮ ਦੀ ਸ਼ੋਰਟ ਹੀ ਹੁੰਦੀ ਆ, ਐਂਡ ਦੈਟਸ ਹਾਊ ਸ਼ੀ ਗੋਟ ਕਿਲਡ। ਉਹਦਾ ਅਸੀਂ ਰਿਗਰੈਟ ਵੀ ਕੀਤਾ, ਐਂਡ ਵੀ ਥੋਟ ਇਟ ਇਜ਼ ਵੈਰੀ ਅਨਫਾਰਚੂਨੇਟ, ਪਰ ਕੋਲੈਟਰਲ ਡੈਮੇਜ ਵੀ ਆ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਤੁਸੀਂ ਬਾਹਰ ਚਲੇ ਗਏ ਸੀ, ਇਹ ਪਤਾ ਲੱਗਾ ਸੀ ਉਸ ਤੋਂ ਬਾਅਦ ਇਸ ਹੱਤਿਆਕਾਂਡ ਤੋਂ ਬਾਅਦ ਤੁਸੀਂ? ਨਹੀਂ ਨਹੀਂ, ਹਾਂ, ਕੀ ਹੋਇਆ ਸੀ? ਮੈਂ ਤਾਂ ਬਾਹਰ ਤਾਂ ਮੈਂ 86 ਅਰਲੀ 86 ਚ ਗਿਆ, ਅਰਲੀ 86 ਚ ਆਈ ਵੈਂਟ ਆਊਟ, ਪਰ ਉਸ ਤੋਂ ਪਹਿਲੇ ਕੋਈ ਇਦਾਂ ਦਾ ਨਾ ਤਾਂ ਪਲਾਨ ਸੀ ਕਿ ਮੈਂ ਬਾਹਰ ਚਲੇ ਜਾਣਾ, ਨਾ ਜਦੋਂ ਫਿਰ ਅਸੀਂ ਉਦੋਂ ਸਾਡੇ ਕਲੀਅਰ ਕੱਟ ਸੀ ਜਦੋਂ ਘਰੋਂ ਚੱਲੇ ਹਾਂ ਕਿ ਇੱਕ ਤਾਂ ਦਿੱਲੀ ਵਾਲੇ ਜਿਹੜੇ ਕਾਰਪੋਰੇਟਸ ਨੇ ਉਹਨਾਂ ਨੂੰ ਹਿੱਟ ਕਰਨਾ, ਚਾਹੇ ਕਿੰਨੇ ਵੀ ਹੋਵੇ, ਚਾਹੇ ਸਿੰਬੋਲਿਕ ਹਿੱਟ ਹੋਵੇ, ਚਾਹੇ ਇੱਕ ਹੋਵੇ, ਚਾਹੇ ਦੋ ਹੋਣ। ਆਫਟਰ ਦੈਟ ਵੀ ਥੋਟ ਕਿ ਨੈਕਸਟ ਸ਼ੁੱਡ ਬੀ ਅਵਰ ਅਪਰੋਚ ਸ਼ੁੱਡ ਬੀ ਅਗੇਂਸਟ ਦ ਇੰਡੀਅਨ ਆਰਮੀ, ਜਿਹੜੇ ਉਹਨਾਂ ਦੇ ਟੋਪ ਜਰਨਲਸ ਨੇ, ਵੀ ਹੈਵ ਟੂ ਲੁੱਕ ਫੋਰ ਦੈਮ, ਐਂਡ ਦੈਟ ਸ਼ੁੱਡ ਬੀ ਅਵਰ ਅਲਟੀਮੇਟ ਆਰਮੀ। ਉਹ ਫਿਰ ਜਦੋਂ ਉਸ ਤੋਂ ਬਾਅਦ ਅਰਜਨ ਦਾਸ ਮਾਰਿਆ ਗਿਆ ਦਿੱਲੀ 'ਚ, ਵਿਦ ਇਨ ਮੰਥ ਅਰਜਨ ਦਾਸ ਵਾਸ ਕਿਲਡ ਟੂ, ਹੀ ਵਾਸ ਵਨ ਆਫ ਦਾ ਪ੍ਰਾਈਮ ਅਕਿਊਜ਼ਡ ਇਨ ਦਾ ਹੂ ਆਰ ਦਾ ਗਿਲਟੀ, ਤੇ ਹੀ ਥੋਟ ਕਿ ਆਈ ਐਮ ਦਾ ਥਰਡ ਸਨ ਆਫ ਇੰਦਰਾ ਗਾਂਧੀ, ਹੀ ਯੂਜ਼ ਟੂ ਕਲੇਮ ਦੈਟ। ਉਹ ਜਿਹੜੀ ਚੀਜ਼ ਸੀਗੀ ਜਿਹੜੀ 1984 ਦੇ ਕਾਰਨੇ ਸੀਗੀ ਨਾ, ਦੈਟ ਹਿੱਟ ਅਸ ਐਸ ਬੈਡ ਦਰਬਾਰ ਐਸ ਦਰਬਾਰ ਸਾਹਿਬ ਸੀ। ਗਿੱਲ ਸਾਹਿਬ, ਉਸ ਮੈਂ ਸਮਝਦਾ, ਉਸ ਤੋਂ ਬਾਅਦ ਜਿਹੜੇ ਜਨਰਲ ਵੈਦਿਆ ਅਤੇ ਹੋਰ ਜਿਹੜੀ ਕਿਲਿੰਗਸ ਹੋਈਆਂ, ਅਸੈਸੀਨੇਸ਼ਨ ਹੋਈਆਂ, ਉਹ ਵੀ ਉਹੀ ਗਰੁੱਪ ਸੀ ਜਿਹੜਾ ਤੁਹਾਡੇ ਵਾਲੇ ਗਰੁੱਪ ਸਨ ਜਿਨ੍ਹਾਂ ਨੇ ਲਲਿਤ ਮਾਕਨ ਨੂੰ ਮਾਰਿਆ ਸੀਗਾ? ਵਾਜ ਇਟ ਦਾ ਸੇਮ ਲੀਗ ਜਾਂ ਕੋਈ ਹੋਰ ਵੱਖਰੇ? ਕਿਉਂਕਿ ਉਹਦੇ ਤੁਸੀਂ ਤਫਸੀਲ ਦੱਸੀ 5-7 ਲੋਕ ਕੌਣ ਹੋਣ। ਜੀ,
मैं कहा तुसी तफसील नहीं दी सी, 5-6 लोग तुसी सन, लेकिन उस तो बाद जनरल वैद्या यू नो ये हत्याकांड होंदा है ते उहदे विच भी तुसी ऑलरेडी दस्या भी तुसी ऑलरेडी आर्मी दे अधिकारियों नूं टारगेट करना चाह रहे सीगे, ਉਹ ਫਿਰ ਕਿਵੇਂ ਘਟਨਾਕ੍ਰਮ ਰਿਹਾ ਉਹਦੇ ਬਾਰੇ ਦੱਸੋ ਥੋੜਾ। ਜਦੋਂ ਅਸੀਂ ਦਿੱਲੀ ਤੋਂ ਜਿਹੜੀਆਂ ਹਿੱਟਸ ਹੋਈਆਂ ਸੀਗੀਆਂ ਉਹ ਵੀ ਥੌਟ ਕੇ ਵੀ ਹੈ ਗਿਵਨ ਦਾ ਸਟੇਟਮੈਂਟ, ਉਦੋਂ ਸਿੱਖਸ ਜਿਹੜੇ ਹੈਗੇ ਬੜੇ ਲਾਚਾਰ ਜਿਹੇ ਫੀਲ ਕਰ ਰਹੇ ਸੀ, ਖਾਸ ਕਰਕੇ ਦਿੱਲੀ 'ਚ ਤਾਂ ਬਹੁਤ ਡਰ ਸੀ, ਪੰਜਾਬ 'ਚ ਗੁੱਸਾ ਵੀ ਸੀ, ਬੇਬਸੀ ਵੀ ਸੀ ਵੀ ਇਹ ਸਾਡੇ ਨਾਲ ਇੰਨਾ ਕੁਛ ਹੋ ਗਿਆ, ਅਸੀਂ ਕੁਛ ਕਰ ਹੀ ਨਹੀਂ ਸਕੇ ਜੀ, ਕੋਈ ਲੀਡਰ ਤਾਂ ਹੈ ਨਹੀਂ ਸੀਗਾ ਜੀ। ਉਹ ਚੀਜ਼ ਹੋਣ ਨਾਲ ਸਾਨੂੰ ਵੀ ਹੌਸਲਾ ਮਿਲਿਆ, ਸਿੱਖਾਂ 'ਚ ਵੀ ਅਸੀਂ ਦੇਖਿਆ ਸੀ ਵੀ ਜਾਨ ਜੇ ਭਰ ਗਏ ਸੀ, ਐਂਡ ਦੈਨ ਵੀ ਸਟਾਰਟਡ ਕਿ ਨਾਓ ਵੀ ਸ਼ੁਡ ਲੁੱਕ ਫਾਰ ਦਾ ਆਰਮੀ। ਉਸ ਨੂੰ ਦੇਖਣ ਲਈ ਅਸੀਂ ਬੰਬੇ ਚਲੇ ਗਏ ਸੀ, ਬੰਬੇ ਤੋਂ ਵੀ ਵੈਂਟ ਟੂ ਪੂਨਾ। ਇਹ ਜਸਟ ਸਾਨੂੰ ਕੋਈ ਇਤਲਾਹ ਮਿਲੀ ਸੀ ਵੀ ਪੂਨੇ ਹੈੱਡਕੁਆਟਰ ਆ, ਉੱਥੇ ਸ਼ਾਇਦ ਜਿਹੜਾ ਵਨ ਆਫ ਦਾ ਜਨਰਲਸ ਹੀ ਇਜ਼ ਦੇਅਰ। ਅਸੀਂ ਪੂਨੇ ਰਹਿਣ ਲੱਗ ਗਏ ਹਾਂ, ਸਾਰਾ ਹੋ ਗਿਆ। ਬਾਈ ਦੀ ਮੀਨ ਟਾਈਮ ਜਨਰਲ ਜਿਹੜਾ ਸੀਗਾ ਵੈਦਿਆ ਹੀ ਰਿਟਾਇਰਡ ਐਂਡ ਹੀ ਕੇਮ ਟੂ ਪੂਨਾ। ਅਸੀਂ ਵੀ ਯੂਸ ਟੂ ਲਿਵ ਇਨ ਦਾ ਮਿਲਟਰੀ ਕੰਟੋਨਮੈਂਟ ਏਰੀਏ 'ਚ, ਅਸੀਂ ਕਿਰਾਏ 'ਤੇ ਘਰ ਲਿਆ ਹੋਇਆ ਸੀ। ਸੋ ਇਸ ਕਰਕੇ ਸਾਨੂੰ ਦੇਖਦੇ ਰਹਿੰਦੇ ਸੀ ਵੀ ਕੌਣ ਆਉਂਦਾ ਕੌਣ ਨਹੀਂ ਆਉਂਦਾ, ਕਿਉਂਕਿ ਸਾਡਾ ਪਰਪਸ ਵੀ ਇਹ ਸੀ। ਉਸ ਤੋਂ ਬਾਅਦ ਵੀ ਥੋਟ ਕੇ ਆਪਾਂ ਨੂੰ ਸਭ ਕੁਛ ਛੱਡ ਕੇ ਜਨਰਲ ਵੈਦਿਆ ਮਗਰ ਗਿਆ। ਬਟ ਇਟ ਟੁੱਕ ਅਸ ਟਾਈਮ, ਉਦੋਂ ਨਿਊ ਟਾਈਮ ਮੈਂ ਤਾਂ ਫਿਰ US ਚਲਾ ਗਿਆ ਸੀ, ਮੈਨੂੰ ਨਾਲਦਿਆਂ ਨੇ ਕਿਹਾ ਆਪਾਂ ਬਾਹਰ ਜਾ ਕੇ ਚੈੱਕ ਕਰਨਾ ਚਾਹੀਦਾ ਕਿ ਆਪਣੇ ਸਪੋਰਟ ਬੇਸ ਕੀ ਆ, ਐਂਡ ਟੂ ਲਰਨ ਅਬਾਊਟ ਦਾ ਸਿਵਿਕ ਸੈਂਸ ਕਿ ਕੀ ਸਿਆਸਤ ਜਾਂ ਕੀ ਚੀਜ਼ ਹੁੰਦੀ, ਕਿਉਂਕਿ ਇਹ ਵਾਰ ਟੋਟਲੀ ਇਗਨੋਰੈਂਟ। ਬਾਹਰ ਜਾਣ ਦਾ ਕੋਈ ਖਾਸ ਮਕਸਦ ਮਕਸਦ ਇਹ ਤਾਂ ਹੋਇਆ ਵੀ ਇਹ ਤਾਂ ਤੁਹਾਡੀ ਐਜੂਕੇਸ਼ਨ ਤੁਸੀਂ ਲੈਣੀ ਸੀ ਜਾਂ ਸਿਵਿਕ ਸੈਂਸ ਸਿੱਖਣੀ ਸੀ, ਲੇਕਿਨ ਬਾਹਰ ਜਾਣ ਦੀ ਦਾ ਕਾਰਨ ਮਜਬੂਰੀ ਇਹ ਹੋਈ ਸੀ ਵੀ ਤੁਹਾਨੂੰ ਲੱਭਿਆ ਵੀ ਜਾ ਰਿਹਾ ਸੀਗਾ ਕਿਤੇ ਨਾ ਕਿਤੇ ਤੁਸੀਂ ਟਾਰਗੇਟ ਜਾਂ ਰਡਾਰ 'ਤੇ ਆ ਚੁੱਕੇ ਸਨ ਵੀ ਕੌਣ ਲੋਕ ਸਨ ਜਿਹੜੇ ਇਸ ਵਕਤ ਦੇਸ਼ ਦੇ ਵਿੱਚ ਘੁੰਮ ਰਹੇ ਨੇ, ਤਾਂ ਕਰਕੇ ਤੁਹਾਨੂੰ ਅਮਰੀਕਾ 'ਚ ਭੱਜਣਾ ਪਿਆ? ਨਹੀਂ, ਕੋਈ ਐਡੀ ਗੱਲ ਨਹੀਂ ਸੀ ਇੱਦਾਂ ਦਾ, ਕੋਈ ਭੱਜਣ ਭਜਾਉਣ ਵਾਲੀ ਤਾਂ ਦੇਰ ਵਾਜ਼ ਨਥਿੰਗ ਲਾਈਕ ਦੈਟ। ਵੀ ਆਰ ਪਲੇਇੰਗ ਇਨ ਦਾ ਸੇਫ, ਮਤਲਬ ਕਿ ਅਸੀਂ ਸੀਗੇ, ਮਤਲਬ ਆਪਣੇ ਵੱਲੋਂ ਅਸੀਂ ਸੇਫ ਡਿਸਟੈਂਸ ਰੱਖ ਕੇ ਚੱਲ ਰਹੇ ਸੀ ਜਿੰਨਾ ਹੋ ਸਕਦਾ ਸੀ, ਵੀ ਯੂਜ਼ ਟੂ ਟੇਕ ਪ੍ਰੀਕੋਸ਼ਨਸ। ਪਰ ਉਸ ਤੋਂ ਬਾਅਦ ਫਿਰ ਇਹੀ ਡਿਸਾਈਡ ਹੋਇਆ ਸੀ ਕਿ ਆਪਾਂ ਵੀ ਹੈਵ ਟੂ, ਆਪਾਂ ਕਿਲਿੰਗਸ ਕਰਨ ਤਾਂ ਆਏ ਨਹੀਂ, ਦੈਟਸ ਨੋਟ ਅਵਰ ਪਰਪਸ। ਮੇਨ ਪਰਪਸ ਹੈਗਾ ਕਿ ਆਪਾਂ ਵੀ ਸ਼ੁਡ ਡੂ ਸਮਥਿੰਗ ਕ੍ਰਿਟੀਕਲੀ ਇਨ ਪੰਜਾਬ, ਉਸ ਦੇ ਵਿੱਚ ਆਪਾਂ ਪਾਰਟੀਸਪੇਟ ਕਰੀਏ ਕਿ ਤਾਂ ਕਿ ਆਪਾਂ ਉਹ ਭਾਵਨਾ ਨੂੰ ਉਠਾ ਸਕੀਏ। ਉਦੋਂ ਪਹਿਲੇ 1985 ਵਿੱਚ ਇਲੈਕਸ਼ਨ ਇੱਕ ਵਾਰ ਹੋ ਚੁੱਕੀਆਂ ਸੀ ਪੰਜਾਬ 'ਚ, ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਗਵਰਨਮੈਂਟ ਬਣੀ ਅਕਾਲੀ ਦਲ ਦੀ। ਇਨ ਦੀ ਮੀਨ ਟਾਈਮ ਲੰਗੋਵਾਲ ਵੀ ਉਸ ਤੋਂ ਪਹਿਲੇ ਮਾਰ ਦਿੱਤਾ ਗਿਆ ਸੀ, ਉਹਦਾ ਇਹੀ ਉਹਦਾ ਕਾਰਨ ਦੱਸਿਆ ਗਿਆ ਸੀ ਕਿ ਸਿੱਖ ਅਕੋਰਡ ਨਹੀਂ ਕੀਤਾ ਹੈਗਾ, ਐਂਡ ਦੈਟ ਇਜ਼ ਅਗੇਂਸਟ ਦਾ ਵਿਸ਼ੇਸ ਆਫ ਦਾ ਸਿੱਖਸ। ਉਸ ਚੀਜ਼ ਨੂੰ ਮਤਲਬ ਕਿ ਸੋਚ ਕੇ ਵੀ ਕੀ ਦੁਬਾਰਾ ਜਿਹੜਾ ਯੂਥ ਆ ਉਹਨੂੰ ਕਿਵੇਂ ਮੋਟੀਵੇਟ ਕਰ ਸਕਦਾ। ਸਾਨੂੰ ਬੜੇ ਸਨੇਹ ਵੀ ਆਉਂਦੇ ਸੀ ਯੂਥ ਦੇ ਵੀ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਹਾਂ, ਜਿਹਨੂੰ ਮਾੜਾ ਮੋਟਾ ਪਤਾ ਲੱਗਦਾ ਸੀ, ਪਰ ਅਸੀਂ ਕਦੀ ਕਿਸੇ ਨੂੰ ਆਪਣੇ ਨਾਲ ਰਲਾਇਆ ਨਹੀਂ, ਨੋ ਡੂ ਵੀ ਮੈਟ ਐਨੀਬਾਡੀ। ਉਸ ਤੋਂ ਬਾਅਦ ਆਈ ਵੈਂਟ ਟੂ US। US ਮੈਂ ਸਾਲ ਤੋਂ ਉੱਤੇ ਟਾਈਮ ਬਾਹਰ ਰਿਹਾ ਹੈਗਾ। ਵੀ ਮੈਟ ਡਿਫਰੈਂਟ ਪੀਪਲਸ, ਡਿਫਰੈਂਟ ਸ਼ੇਡ ਆਫ ਸਿੱਖਸ, ਜਿਹੜੇ ਮਤਲਬ ਕਿ ਚੰਗੀਆਂ ਪੋਜੀਸ਼ਨਸ 'ਤੇ ਵੀ ਸੀਗੇ, ਚੰਗੇ ਡਾਕਟਰ ਜਾਂ ਹੋਰ ਜਿਹੜੇ ਵੈਲ ਅਸਟੈਬਲਿਸ਼ ਸਿੱਖ ਸੀਗੇ। ਯੂਥ ਨੂੰ ਨਹੀਂ ਮੈਂ ਮਿਲਿਆ, ਮਤਲਬ ਕਿ ਯੂਥ ਵਾਜ ਟੂ ਮੱਚ ਅਗਰੈਸਿਵ ਸੀ। ਸਾਨੂੰ ਇਹ ਵੀ ਪਤਾ ਲੱਗਦਾ ਸੀ ਵੀ ਇੱਥੋਂ ਆਪਣੀ ਖਬਰ ਨਿਕਲ ਸਕਦੀ ਹੈ। ਇਸ ਕਰਕੇ ਜਦੋਂ ਸਾਰਾ ਪਤਾ ਕੀਤਾ ਤਾਂ ਕੋਈ ਜਿਸ ਤਰ੍ਹਾਂ ਦੀ ਜਗਜੀਤ ਸਿੰਘ ਚੌਹਾਨ ਜਾਂ ਹੋਰ ਸਿੱਖਸ ਉਹ ਕਰ ਰਹੇ ਸੀਗੇ ਪ੍ਰੋਪਾਗੈਂਡਾ ਕਿ ਸਾਨੂੰ ਸਪੋਰਟ ਆ ਪੂਰੀ, ਮਤਲਬ ਕਿ ਦੂਸਰੀ ਕੰਟਰੀਜ਼ ਦੀ, ਕੋਈ ਐਕਵਾਡੋਰ ਦਾ ਪਾਸਪੋਰਟ ਲਈ ਫਿਰਦਾ ਸੀ, ਕੋਈ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਕਲੇਮ ਕਰ ਰਿਹਾ ਸੀ ਜਜੋਂ। ਕਿਉਂਕਿ ਮੈਂ ਹੁਣ ਥੋੜ੍ਹਾ ਪਿੱਛੇ ਆਉਣਾ ਚਾਹੁੰਦਾ, ਜਦੋਂ ਦਰਬਾਰ ਸਾਹਿਬ 'ਤੇ ਅਟੈਕ ਵੀ ਹੋਇਆ ਨਾ ਜੀ, ਉਸ ਤੋਂ ਬਾਅਦ ਜਿਹੜੀ ਕੰਸਪਿਰੇਸੀ ਥਿਊਰੀ ਚੱਲੀ ਆ ਇਹ ਸੀਗਾ ਕਿ ਇਹ ਭਾਵਨਾ ਦਿੱਤੀ ਗਈ ਸੀਗੀ ਕਿ ਜਦੋਂ ਵੀ ਦਰਬਾਰ ਸਾਹਿਬ 'ਤੇ ਜੇ ਅਟੈਕ ਹੋਇਆ ਤਾਂ ਪਾਕਿਸਤਾਨ ਜਿਹੜੀ ਆਰਮੀ ਆ ਦੈਟ ਵਿਲ ਇੰਟਰਵੀਨ ਐਂਡ ਦੇ ਵਿਲ ਕਮ ਇਨ ਸਪੋਰਟ ਆਫ ਦਾ ਸਿੱਖਸ ਜਾਂ ਸੰਤਾਂ ਜਰਨੈਲ ਸਿੰਘ ਇਮਰਾਨ।
इस तरह यह प्रचार जा रहा है शायद CIA जी है somehow they are supporting something else going on. मतलब किस तरह ये सारिया क्यास कर रही थी. देर वॉज नथिंग लाइक दैट. इदां दी गल जिहड़ी हैगी आ हो सकदा कि संतां नूं भी इस चीज़ दे बारे दस्या गया भी एनी सपोर्ट आपां नूं मिल जूगी जां नहीं मिल जूगी. मेरा ख्याल आ भी ये भी उन्हां दा मोटिवेशनल फैक्टर हो सकदा कि पंगा लै लो. नहरू थैंक यू केस नहीं करता पर यह बड़ी स्ट्रोंग उदों गल सी जिहड़ी आ पर जदों असीं बाहर जाके देखिया इदां दी कोई गल ही नहीं सी. जी बिल्कुल अलग थ्योरिया ने ये उस वक्त के प्रोपेगंडे सन तो शायद यहोजी बहुत सिया खबर एजेंसियां भी फैला दिंदियां ने. बहुत कुछ होया तो घटनाक्रम रिकॉर्ड का भी है लेकिन मैं थोड़े तो यह जरूर समझना चाहवागा भी बिफोर आई कम बैक टू 84 या ब्लू स्टार से वापस आइए तुम लगभग एक दहाके तो बाद 14 साल शायद थोड़ा वध या घट अमेरिका की जेलों से कट्टे उस तो बाद वापस तो भारत लाता गया इतने. जी हाँ 14 साल उस तो बाद इतने की जेलों से भी लगभग 4-5 साल या शायद ज़्यादा कट्टे राइट तो उस तो बाद सज़ा माफ़ी मिली या हाँ थोड़ा ट्रायल होया तो सज़ा हुई उस तो बाद अवंतिका माकन के नाल जिहड़ा भी तुहाडे अंडरस्टैंडिंग से तहत ये सज़ा माफ़ी हुई एडा लंबा चौड़ा जिहड़ा पूरा सिस्टम रहा उस तो बाद अज जदों कि असीं सुणदे हैं अजे भी जिहड़े जख्म ने वह कह जाता भी हरे हैगे ने हर साल 84 या 84 दे ऑपरेशन ब्लू स्टार सिख कतलेआम नूं याद किया जाता है उन्हों का क्लोजर नहीं हो पाया इंसाफ न्याय नहीं हो पाया ये सारिया गल्लां बातां ने लेकिन अज तुसी मुखधारा च वापस आ चुके हो वह भी एक फॉरगिवनेस या आप कह सकते हैं कि एमनेस्टी या एक अंडरसटैंडिंग तो बाद जिस विच कि तुहानूं तुहाडी सज़ा नूं माफ़ करता गया अज वो लोग जिहड़े कि वखवाद की गल करते हैं अज वो लोग जिहड़े कि हथियारां दी या हिंसा की गल करते हैं वो लोग जो कि 2020 रेफरेंडम की गल करते हैं उन्होंने तुसी किन्ना कु मिसप्लेस या वैल प्लेस्ड मानते हो अज दे परिपक्ष विच. मेरी सज़ा का सवाल है मैं क्योंकि उदो ही 17 ईयर्स भुग चुका सी ते जज ने भी कहा सी गवर्नमेंट नूं अपनी जजमेंट विच के गवर्नमेंट शुड कंसीडर फेवरेबली टुवर्ड्स द रिलीज ऑफ द कन्विक्ट क्योंकि मैं कनेक्टेड सी गा माकन केस विच. उस तो 14 साल तो पहले 13.5 साल बाद थोड़ी जिहड़ी एप्लीकेशन फॉर रिलीज पैरोल बोर्ड को चली गई. Parole board is headed by the chief minister of the state di jehdi hindi hai sare india ch hi lagu hai hun thodiyan changes hoyan ne. Meri 6 times parole board kole applications hi hai oh deny nahi karde defer kar dinde. First foremost unna da excuse siga sidha dakshata ke avantika makan nahi mandi. Jadon avantika makan na sadi understanding meri hui hai उस तो बाद सीधा किसे कॉल मी टू हर रेजिडेंस. मैं ते मेरी वाइफ गए एंड वी हैड ए वेरी गुड मीटिंग उधर सीधा दक्षिण ने सब मेनु शाबाश भी दी है कि यू हैव डन ए कमेंडेबल जॉब एंड वी विल थिंक पॉजिटिवली अबाउट योर रिलीज एंड वेरी सून. बट स्टिल इट टुक मैन कपल ऑफ इयर्स बिफोर आई वाज एक्चुअली रिलीज्ड इन 2009 जी. ਉਦੋਂ ਮੇਰੀ ਸੈਂਟੈਂਸ ਪਾਰਡਨ ਨਹੀਂ ਸੀ ਕਮਿਊਟ ਕਰਦੀ ਸੀ ਵੀ ਜਿੰਨੀ ਕੱਟੀ ਆ ਛੱਡ. ਹੁਣ ਜਿੱਥੋਂ ਤੱਕ ਅੱਗੇ ਹੋਰ ਸਵਾਲ ਨੇ ਉਹ ਜਾਂ ਹਰ ਫਰੈਂਡ 2020 ਆ ਜਾਂ ਕੋਈ ਸੋਚ ਰਿਹਾ ਕਿ ਸ਼ਾਇਦ ਅਸੀਂ ਸਿੱਖ ਮੂਵਮੈਂਟ ਦੁਬਾਰਾ ਉਠਾਲਾਂਗੇ. ਮੇਰੇ ਖਿਆਲ ਬੜੀ ਮਿਸਪਲੇਸਡ ਜਜਮੈਂਟ ਆ. ਦੇ ਆਰ ਥਿੰਕਿੰਗ ਕਿ ਇੱਥੇ ਕੋਈ ਪੰਜਾਬ 'ਚ ਵਾਇਲੈਂਸ ਕ੍ਰੀਏਟ ਕਰਕੇ ਅਸੀਂ ਲੋਕਾਂ ਨੂੰ ਜਾਂ ਸਿੱਖਾਂ ਦੇ ਵਿੱਚ ਭਾਵਨਾ ਜਗਾ ਲਾਂਗੇ. ਨਾ ਅੱਗੇ ਵਾਇਲੈਂਸ ਨੇ ਕੋਈ ਰੋਲ ਪਲੇ ਕੀਤਾ ਹੈਗਾ ਜਿਹੜਾ ਵੀ ਸਿੱਖ ਸਟਰਗਲ ਚੱਲਿਆ ਉਹਨੂੰ ਉਤਸ਼ਾਹ ਕਰਨ ਲਈ. ਠੀਕ ਆ ਉਹ ਦੇਖਣ ਨੂੰ ਔਨ ਦੀ ਸਰਫੇਸ ਲੱਗਦਾ ਕਿ ਵੀ ਆਰ ਕ੍ਰੀਏਟਿੰਗ ਸਮਥਿੰਗ ਵੇਅਰ ਦੇਰ ਇਜ਼ ਨਥਿੰਗ. ਪਰ ਜੇ ਆਪਾਂ ਦੇਖੀਏ ਵਾਇਲੈਂਸ ਡਜ਼ਨਟ ਲੀਡ ਟੂ ਐਨੀ ਕੰਕਲੂਜਨਸ. ਜਿਹੜਾ ਸੰਤਾਂ ਵੇਲੇ ਵੀ ਸੀਗਾ ਜੇ ਕਿਲਿੰਗ ਹੁੰਦੀਆਂ ਸੀ ਜਾਂ ਕਿਵੇਂ ਆ ਦੈਟ ਵਾਸ ਨਾਟ ਦਾ ਰੀਜ਼ਨ ਕਿ ਇੰਡੀਅਨ ਆਰਮੀ ਦਾ ਅਟੈਕ ਹੋਇਆ. ਬੇਸਿਕਲੀ ਇੰਦਰਾ ਗਾਂਧੀ ਦੀ ਇਹ ਥੋਟ ਪ੍ਰੋਸੈਸ ਸੀਗਾ ਕਿ ਆਈ ਹੈਵ ਟੂ ਕਰਬ ਦਾ ਨਿਊਸੈਂਸ ਆਫ ਦਾ ਅਕਾਲੀ
एंड संत जरनैल सिंह जी दैट वाज द टू अनेक्ट पंजाब उदो बिफोर दैट शी हैड ए भी थॉट आउट आया जेड़ा जरनैल सिंह आए ने शी वाज प्लानिंग फॉर द 1984 इलेक्शंस इन नवंबर एंड दैट वाज द मेन उदा मोटिव सीगा कि हाउ टू विन द इलेक्शन उदो शी वाज लूजिंग सपोर्ट पॉलिटिकली people were basically fed up with Indira Gandhi and to create an aura I think that took her to take this decision which eventually cost her life in cheeja baad ch aaiyan par still Rajiv Gandhi ko power aa gayi wo sikhan nu inna ne marya kuch gaya 1984 ch oda reward ditta indian population ne jis tarah gujarat ch hoya still BJP is enjoying the power other parties have been decimated ਗਿਲ ਸਾਹਿਬ ਲੇਕਿਨ ਇੱਥੇ ਮੇਰੇ ਜ਼ਿਹਨ 'ਚ ਇੱਕ ਹੋਰ ਸਵਾਲ ਇਹ ਆ ਰਿਹਾ ਵੀ ਜਦੋਂ ਤੁਸੀਂ ਖੁਦ ਇੱਕ ਵਾਇਲੈਂਸ ਦਾ ਰਸਤਾ ਅਖਤਿਆਰ ਕਰ ਲਿਆ ਉਸ ਵਕਤ ਕੀ ਜਦੋਂ ਕੀ ਤੁਹਾਡੇ ਵਿਅਕਤੀਗਤ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਕੋਈ ਐਸੀ ਪ੍ਰੋਵੋਕੇਸ਼ਨ ਨਹੀਂ ਸੀ ਉਲਟਾ ਤੁਹਾਨੂੰ ਸ਼ਾਇਦ ਘਰ ਦੇ ਵੀ ਕਹਿੰਦੇ ਹੋਣਗੇ ਵੀ ਇਸ ਪਾਸੇ ਨਹੀਂ ਤੁਰਨਾ ਜਾਂ ਨਾ ਤੁਰਿਆ ਜਾਵੇ ਲੇਕਿਨ ਤੁਸੀਂ ਉਸ ਵਕਤ ਹਿੰਸਾ ਨੂੰ ਦਾ ਰਸਤਾ ਫੜਿਆ ਉਹਦੇ ਵਿੱਚ ਜਿੰਨਾ ਵੀ ਸੀਮਿਤ ਚੀਜ਼ਾਂ ਅਚੀਵ ਕਰਨੀਆਂ ਸੀ ਉਹ ਤੁਸੀਂ ਅਚੀਵ ਕੀਤੀਆਂ ਆਪਣੇ ਮਨੋਰਥ ਦੇ ਮੁਤਾਬਕ ਤੇ ਉਸ ਤੋਂ ਬਾਅਦ ਤੁਸੀਂ ਜੇਲਾਂ ਕੱਟ ਕੇ ਹੁਣ ਵਾਪਸ ਮੁੱਖ ਧਾਰਾ 'ਚ ਆ ਚੁੱਕੇ ਹੋ ਉਸ ਵਕਤ ਤੁਸੀਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਹੜੀ ਪੂਰੀ ਵਾਇਲੈਂਸ ਦਾ ਜਿਹੜਾ ਸਰਕਲ ਹੈ ਉਹ ਆਪਣੇ ਆਪ 'ਚ ਤੁਸੀਂ ਕਿਹਾ ਵੀ ਅਚੀਵ ਕੁਛ ਨਹੀਂ ਕਰ ਸਕਦਾ ਲੇਕਿਨ ਤੁਸੀਂ ਖੁਦ ਵੀ ਉਸੇ ਪ੍ਰੋਸੈਸ 'ਚੋਂ ਨਿਕਲਿਓ ਉਹ ਸਭ ਚੀਜ਼ਾਂ ਫਿਊਟਾਈਲ ਸਨ ਉਹ ਵੇਸਟ ਸਨ ਜਾਂ ਉਹਨਾਂ ਨੂੰ ਮੰਨ ਕੇ ਚੱਲੇ ਵੀ ਉਸ ਚੀਜ਼ ਦਾ ਉਸ ਰਾਹ ਦਾ ਕੋਈ ਫਾਇਦਾ ਨਹੀਂ ਉਸ ਨੂੰ ਅਖਤਿਆਰ ਕਰਨ ਦਾ ਕਿਸੇ ਵੀ ਨੌਜਵਾਨ ਲਈ ਕੋਈ ਵੀ ਫਾਇਦਾ ਨਹੀਂ ਹੈ ਕਿਉਂਕਿ ਇੱਕ ਹਾਂ ਪੱਖੀ ਸੋਚ ਰੱਖ ਕੇ ਸਮਾਜ ਨੂੰ ਬਿਹਤਰ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਵੱਡੇ ਪੱਧਰ ਤੇ ਕੀਤੀਆਂ ਜਾਣ ਜਾਂ ਆਪਣਾ ਯੋਗਦਾਨ ਉੱਚ ਪਾਇਆ ਜਾਏ ਨਾ ਕਿ ਹਥਿਆਰ ਚੱਕ ਕੇ ਕਤਲੋਗਾਰਤ ਤੇ ਸ਼ੁਰੂ ਕਰਤੀ ਜਾਏ ਜਿਹੜੇ ਮਤਲਬ ਕਿ ਅਸੀਂ ਵਾਇਲੈਂਸ ਦਾ ਰੋਲ ਅਖਤਿਆਰ ਕੀਤਾ ਨਾ ਅਸੀਂ ਸ਼ਾਰਟ ਟਰਮ ਗੋਲ ਲੈ ਕੇ ਚੱਲੇ ਸੀ ਜੀ ਕਿਉਂਕਿ ਉਦੋਂ ਸਿਕਸ ਮੋਰਲੀ ਤੇ ਇਮੋਸ਼ਨਲੀ ਡਰੇਨਡ ਆਊਟ ਹੋ ਚੁੱਕੇ ਸੀ ਐਂਡ ਆਫਟਰ ਦ ਕਿਲਿੰਗ ਆਫ ਇੰਦਰਾ ਗਾਂਧੀ ਸਾਨੂੰ ਹੋਰ ਮੋਟਿਵ ਸੀਗਾ ਕਿ ਚਾਹੇ ਇਹਨੂੰ ਕੰਸਿਡਰੇਟ ਐਜ਼ ਰਿਵੈਂਜ ਅਸੀਂ ਮਤਲਬ ਕਿ ਇਹ ਸੋਚਿਆ ਸੀ ਕਿ ਵੀ ਹੈਵ ਟੂ ਮੇਕ ਅ ਸਟੇਟਮੈਂਟ ਐਂਡ ਵੀ ਡਿਡ ਦੈਟ ਕੱਲ ਹੀ ਮੇਰੇ ਨਾਲ ਦਿੱਲੀ ਮੇਰੀ ਇੰਟਰਵਿਊ ਦੇਖ ਕੇ ਪ੍ਰੋਮੀਨੈਂਟ ਸਿੱਖਾਂ ਨੇ ਗੱਲ ਕੀਤੀ ਹੈ ਦੇਰ ਆ ਬਿਜ਼ਨਸਮੈਨ ਜਿਹੜੇ ਹੁਣ ਸੈਵਰਲ ਹੋਟਲਸ ਇਨ ਦਿੱਲੀ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਕਰਕੇ ਅਸੀਂ ਘਰਾਂ ਚੋਂ ਬਾਹਰ ਨਿਕਲ ਚੁੱਕੇ ਹੋ ਗਏ 84 ਜਿਹੜੀ ਕਾਰਨੇਜ ਹੋਈ ਆ ਉਹਨੇ ਸਾਨੂੰ ਘਰਾਂ ਚ ਵਾੜਤਾ ਸੀ ਅਸੀਂ ਮਤਲਬ ਕਿ ਸੁੰਗੜ ਗਏ ਸੀ ਜਮਾਂ ਉਸ ਚੀਜ਼ ਨਾਲ ਅਸੀਂ ਜੋ ਮੋਟਿਵ ਲੈ ਕੇ ਗਏ ਸੀ ਅਸੀਂ ਅਚੀਵ ਕੀਤਾ ਪਰ ਵਾਇਲੈਂਸ ਵਿਦ ਏਮ ਕੈਨ ਮੇਕ ਥਿੰਗਸ ਹੈਪਨ ਪਰ ਜਦੋਂ ਵਾਇਲੈਂਸ ਜਿਹੜੀ ਸੀ ਏਮਲੈਸ ਹੋ ਗਈ ਪੰਜਾਬ ਚ ਉਹ ਸੰਤਾਂ ਤੋਂ ਪਹਿਲੇ ਵੀ ਸੀ ਬਾਅਦ ਚ ਹੋਈ ਉਦੋਂ ਮਤਲਬ ਕਿ ਉਹ ਪਿੰਡਾਂ ਚ ਲੜਾਈ ਚਲੀ ਗਈ ਮਤਲਬ ਕਿ ਸੈਕਟੇਰੀਅਨ ਵਾਇਲੈਂਸ ਸ਼ੁਰੂ ਹੋ ਗਈ ਉਸ ਚੀਜ਼ ਨੇ ਮਤਲਬ ਭਾਵੇਂ ਐਡੇ ਵੱਡੇ ਲਾਸ ਸਕੇਲ ਤੇ ਨਹੀਂ ਹੋਈ ਪਰ ਹੋਈ ਤਾਂ ਹੈ ਉਸ ਚੀਜ਼ ਨੇ ਜਿਹੜਾ ਸੀ ਜਿਹੜੀ ਵੀ ਸਟਰਗਲ ਸੀਗਾ ਉਹਨੂੰ ਡਿਫਰੈਂਟ ਸ਼ੇਪ ਦੇ ਦਿੱਤੀ ਕਿਉਂਕਿ ਕੋਈ ਪੋਲੀਟੀਕਲ ਕੋਈ ਕਲੀਅਰ ਕੱਟ ਲਾਈਨਸ ਤਾਂ ਹੈ ਨਹੀਂ ਸੀਗੀਆਂ ਵੀ ਅਲਟੀਮੇਟਲੀ ਕੋਈ ਕਹਿੰਦਾ ਸੀ ਖਾਲਿਸਤਾਨ ਲੈਣਾ ਕੋਈ ਕਹਿੰਦਾ ਸੀ ਐਂ ਅਚੀਵ ਕਰਨਾ ਪਰ ਕੋਈ ਕਲੀਅਰ ਕੱਟ ਗਾਈਡਲਾਈਨਸ ਤਾਂ ਹੈ ਨਹੀਂ ਸੀ ਹਾਊ ਟੂ ਅਚੀਵ ਦੈਟ ਇੱਕ ਬੜੀ ਅਨਆਰਗਨਾਈਜ਼ ਉਹ ਗੱਲ ਤੁਹਾਡੀ ਠੀਕ ਹੈ ਕਿ ਡਿਸਜੁਆਇੰਟਡ ਜੀ ਐਫਰਟ ਵੀ ਸੀ ਸ਼ਾਇਦ ਇਸੇ ਕਰਕੇ ਹਾਰ ਵੀ ਹੋਈ ਆ ਉਹਦੇ 'ਚ ਨੁਕਸਾਨ ਵੀ ਬਹੁਤ ਹੋਇਆ ਸਭ ਦਾ ਨੁਕਸਾਨ ਹੋਇਆ ਲੇਕਿਨ ਗਿੱਲ ਸਾਹਿਬ ਇਹ ਫੈਕਟ ਵੀ ਅੱਜ ਤੱਕ ਕਲੋਜ਼ਰ ਨਹੀਂ ਹੋ ਪਾਇਆ ਬਲੂ ਸਟਾਰ ਤੋਂ ਬਾਅਦ ਸਿੱਖ ਕਤਲੇਆਮ ਨਾ ਤਾਂ ਸਿੱਖ ਕਤਲੇਆਮ ਦੇ ਵਿੱਚ ਜਿਹੜੀਆਂ ਸਜ਼ਾਵਾਂ ਬਣਦੀਆਂ ਸੀ ਦੋਸ਼ੀਆਂ ਨੂੰ ਦਿੱਤੀਆਂ ਜਾ ਸਕੀਆਂ ਉਸ ਤੋਂ ਪਹਿਲਾਂ 84 ਦੇ ਬਲੂ ਸਟਾਰ ਦੇ ਦੌਰਾਨ ਵੀ ਜੇ ਆਪਾਂ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਨੂੰ ਇੱਕ ਇਨਸਾਫ ਮੰਨੀਏ ਤਾਂ ਸ਼ਾਇਦ ਉਹ ਗਲਤੀ ਹੋਏਗਾ ਕਿਉਂਕਿ ਉਹ ਇੱਕ ਕਿਲਿੰਗ ਸੀ ਅਤੇ ਉਹਦੇ ਲਈ ਹੋਰ ਵੀ ਬਹੁਤ ਫੈਕਟਰ ਜ਼ਿੰਮੇਵਾਰ ਸਨ ਲੇਕਿਨ ਇਨਸਾਫ ਤਾਂ ਹੋਇਆ ਨਹੀਂ ਕਲੋਜ਼ਰ ਤਾਂ ਹੋਇਆ ਨਹੀਂ ਅਤੇ ਅੱਜ ਜਿਹੜੇ ਲੋਕ 2020 ਰੈਫਰੈਂਡਮ ਜਾਂ ਹੋਰ ਤਮਾਮ ਜਿਹੜੀਆਂ ਮੂਵਮੈਂਟਾਂ ਦੁਨੀਆ ਭਰ ਵਿੱਚ ਜਾਂ ਪੰਜਾਬ ਦੇ ਸੰਦਰਭ ਵਿੱਚ ਜਾਂ ਵੱਖਵਾਦ ਦੇ ਸੰਦਰਭ ਵਿੱਚ ਤੁਰਦੀਆਂ ਨੇ ਉਹ ਉਹਨਾਂ ਹੀ ਸੈਂਟੀਮੈਂਟਸ ਨੂੰ ਦੁਬਾਰਾ ਉਭਾਰਨ ਦੀ ਕੋਸ਼ਿਸ਼ ਹੈ ਇਹ ਕਹਿ ਕੇ ਵੀ ਇਨਸਾਫ ਨਹੀਂ ਹੋਇਆ ਨੈਵਰ ਫੋਰਗੈਟ 84 ਅੱਜ ਉਸ ਤਰੀਕੇ ਦਾ ਜਿਹੜਾ ਧਰਾਤਲ ਹੈ ਉਹ ਤੁਸੀਂ ਕਹਿੰਦੇ ਹੋ ਵੀ ਮੌਜੂਦ ਨਹੀਂ ਹੈ ਜਾਂ ਮੌਜੂਦ ਹੈ ਇਨਕਲੋਜ਼ਰ ਨਹੀਂ ਹੋਇਆ ਇਨਸਾਫ ਨਹੀਂ ਹੋਇਆ ਲੇਕਿਨ ਉਸਨੂੰ ਭੁੱਲ ਜਾਇਆ ਜਾਵੇ ਜਾਂ ਅੱਗੇ ਤੁਰਿਆ ਜਾਵੇ ਕੀ ਮਾਡਲ ਹੈ
जिसनों अपनाया जा सकता है। मैं यूथ की गल कर रहा हूं जो कि शायद कितने कितने इस प्रोपेगंडे तो थोड़ा बहुत प्रभावित महसूस करते हैं, उन्होंने लिए थोड़ा की मैसेज है? जिहड़ी आइडियाज ने ना हम जां थॉट्स ने ये बेसिकली एमलेस भी है कि ने इना दे लैक द सरफेस रियलिटीज। सरफेस रियलिटीज आर चेंज इन पंजाब। यही इसे तरह के जिहड़े आइडिया सी जां ए सी गल वी असी हुण रहे हैं जिन्ना चिर घरों गए हैं we never had an idea ke assi koi separate state li ja rahe assi we thought ke aapa apne li koi edda di cheez sikhan li create karni hai ke sadi respect barkarar ho jehda darbar sahab de attack si 84 carnage hoyi hai ohde ch assi eh socha vi disrespect hoyi dignity lower hoyi ਉਦੋਂ ਇਹ ਸੌਟ ਸੀ। ਹਾਂ ਠੀਕ ਆ ਉਦੋਂ ਵੀ ਅਖਬਾਰਾਂ 'ਚ ਇਸ਼ਤਿਹਾਰ ਆਉਣ ਲੱਗ ਗਏ ਉਦੋਂ ਕੋਈ ਜੇ ਇਵਨ ਸੰਤਾਂ ਦੀ ਗੱਲ ਹੈ ਜੋ ਮੈਂ ਰਿਪੋਰਟ ਸਾਰੀਆਂ ਪੜ੍ਹੀਆਂ ਨੇ ਨਿਊਜ਼ ਪੇਪਰ ਜਾਂ ਜੋ ਕੁਛ ਵੀ ਉਹਨਾਂ ਦੀ ਲਾਸਟ ਪ੍ਰੈਸ ਦੀ ਆਈ ਆ ਉਹਨਾਂ ਨੇ ਕਦੀ ਡਿਮਾਂਡ ਤਾਂ ਨਹੀਂ ਕੀਤੀ ਕਿ ਅਸੀਂ ਸੈਪਰੇਟ ਸਿੱਖ ਸਟੇਟ ਲਈ ਲੜ ਰਹੇ ਉਹਨਾਂ ਦੀ ਇੱਕ ਅਸੰਪਸ਼ਨ ਸੀਗੀ ਕਿ ਇਫ ਯੂ ਫੋਰਸ ਅਸ ਵੀ ਵਿਲ ਟੇਕ ਅਸ but he never said that we will strive for it. There is a difference between that. Pakistan te clear cut movements hundiyan thode leaders tonu thought dinde ha ja kali dal kehnda ja kuch kehnda ki this is our thought process, we are not fighting for dharm yudh morcha, we are fighting to strive for the Sikh independence. ਇਹ ਵੀ ਡਿਫਰੈਂਸ ਆ ਕਿ ਤੁਸੀਂ ਫਰੀਡਮ ਮੰਗ ਰਹੇ ਹੋ ਕਿ ਇੰਡੀਪੈਂਡੈਂਸ ਮੰਗ ਰਹੇ ਹੋ ਫਰੀਡਮ ਦੇ ਵਿੱਚ ਫਰੀਡਮ ਆਫ ਥਾਟ ਆ ਫਰੀਡਮ ਟੂ ਲਿਵ ਯੋਰ ਲਾਈਫ ਅਕੋਰਡਿੰਗ ਟੂ ਦਾ ਸਿੱਖ ਆਈਡੈਂਟੀ ਤੁਹਾਡੀ ਸਿੱਖ ਆਈਡੈਂਟੀ ਜਿਹੜੀ ਹੈਗੀ ਰੈਕੋਗਨਾਈਜ਼ ਹੋਵੇ ਇਹ ਮੈਨੀ ਪ੍ਰੋਸੈਸਿਸ ਇੰਡੀਪੈਂਡੈਂਸ ਆ ਵੀ ਤੁਸੀਂ ਸੈਪਰੇਟ ਹੋ ਕੇ ਯੂ ਵਾਂਟ ਟੂ ਡਰਾ ਨਿਊ ਪੋਲੀਟੀਕਲ ਲਾਈਨਸ ਜਿਵੇਂ ਹੁਣ ਹੈਗਾ ਇਹ ਵੀ ਸੋਚਿਆ ਜਾ ਰਿਹਾ ਜਾਂ ਤੁਸੀਂ ਰੈਫਰੈਂਡਮ 2020 ਦੀ ਗੱਲ ਕਰਦੇ ਹੋ ਉਹ ਸੋਚਦੇ ਵੀ ਸ਼ਾਇਦ ਅਸੀਂ ਐ ਕੋਈ ਕਰਾ ਕੇ ਇਦਾਂ ਦੀ ਚੀਜ਼ ਪਤਾ ਨਹੀਂ ਵੀ ਕੀ ਕਹਿੰਦੇ ਮਤਲਬ ਕਿ ਲੇ ਦਾ ਫਾਊਂਡੇਸ਼ਨ ਫਾਰ ਸਿੱਖ ਹੋਮਲੈਂਡ ਇਫ ਯੂ ਥਿੰਕ ਇਟ ਇਜ਼ ਪੋਸੀਬਲ। ਗਿੱਲ ਸਾਹਿਬ ਇਹਦੇ ਨਾਲ ਇੱਕ ਹੋਰ ਜਿਹੜੀ ਕੰਪੈਰੀਜ਼ਨ ਹੈ ਉਹ ਇਹ ਵੀ ਹੈਗਾ ਵੀ 1984 ਆਪਰੇਸ਼ਨ ਬਲੂ ਸਟਾਰ ਦੇ ਵਿੱਚ ਇੱਕ ਜਿਹੜੇ ਮੁੱਖ ਕਿਰਦਾਰ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਉਹਨਾਂ ਦੀ ਜਿਹੜੀ ਟੀਮ ਸੀ ਉਹਨਾਂ ਦਾ ਆਪਸ ਦੇ ਵਿੱਚ ਕਲੈਸ਼ ਸੀ, ਬੱਬਰਾਂ ਦੇ ਨਾਲ ਕਲੈਸ਼ ਸੀ, ਹੋਰ ਵੀ ਐਸੇ ਬਹੁਤ ਸੇ ਧੜੇ ਸਨ ਜੋ ਕਿ ਅਲੱਗ ਅਲੱਗ ਆਪਣੇ ਆਪਣੇ ਰੋਲ ਆਪਣੇ ਆਪਣੇ ਪਾਵਰ ਸੈਂਟਰ ਛੋਟੇ ਛੋਟੇ ਬਣੇ ਹੋਏ ਸਨ, ਲੇਕਿਨ ਮੁੱਖ ਤੌਰ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲੜਾਈ ਇਹ ਬਾਅਦ ਦੇ ਵਿੱਚ ਬਣ ਗਈ। ਬੱਬਰ ਵੀ ਉੱਥੋਂ ਕਿਤੇ ਨਾ ਕਿਤੇ ਬਾਹਰ ਸ਼ਾਇਦ ਨਿਕਲ ਗਏ ਸਨ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ। ਅੱਜ ਵੀ ਇਹ ਜਿਹੜੀ ਧੜਿਆਂ 'ਚ ਲੜਾਈ ਵੰਡੀ ਹੋਈ ਹੈ ਅਤੇ ਅੱਜ ਤਾਂ ਸ਼ਾਇਦ ਕਹਿ ਰਹੇ ਦਾ ਕੋਈ ਮਕਸਦ ਜਾਂ ਮਾਇਨਾ ਹੀ ਨਹੀਂ ਹੈਗਾ, ਜਦੋਂ ਕਿ ਐਸੀ ਕੋਈ ਆਰਮ ਸਟਰਗਲ ਨਹੀਂ, ਉਹਦਾ ਕੋਈ ਮਤਲਬ ਨਹੀਂ ਜਾਂ ਈਵਨ ਜ਼ਮੀਨੀ ਪੱਧਰ 'ਤੇ ਤਾਂ ਕੋਈ ਆਧਾਰ ਨਹੀਂ, ਗੱਲਾਂ ਬਾਤਾਂ ਨੇ, ਦੁਕਾਨਾਂ ਤੁਰੀਆਂ ਹੋਈਆਂ ਨੇ ਖਾਲਿਸਤਾਨ ਜਾਂ ਰੈਫਰੈਂਡਮ ਦੇ ਨਾਂ ਦੇ ਜੋ ਕਿ ਤੁਰੀ ਜਾ ਰਹੀਆਂ ਨੇ। ਤੁਹਾਨੂੰ ਲੱਗਦਾ ਵੀ ਇਸ ਕਿਸਮ ਦੀਆਂ ਦੁਕਾਨਾਂ ਹੈ ਜਿਹੜੇ ਧੜੇ ਹੈਗੇ ਨੇ ਜੋ ਕਿ ਆਪਣੀਆਂ ਇਹਨਾਂ ਸਾਕਿਆਂ ਦੇ ਉੱਤੇ ਆਪਰੇਸ਼ਨ ਬਲੂ ਸਟਾਰ ਜਾਂ ਸਿੱਖ ਕਤਲੇਆਮ ਐਸੇ ਜਿਹੜੇ ਗੰਭੀਰ ਸਾਕੇ ਜਿਨ੍ਹਾਂ ਦੇ ਉੱਤੇ ਇਨਸਾਫ ਦੀ ਗੱਲ ਹੋਣੀ ਚਾਹੀਦੀ ਹੈ, ਕਲੋਜ਼ਰ ਦੀ ਗੱਲ ਹੋਣੀ ਚਾਹੀਦੀ ਹੈ, ਨਿਆਂ ਦੀ ਗੱਲ ਹੋਣੀ ਚਾਹੀਦੀ ਹੈ, ਲੇਕਿਨ ਇਹਨਾਂ ਦੇ ਨਾਂ ਦੇ ਉੱਤੇ ਜਿਹੜੀਆਂ ਦੁਕਾਨਾਂ ਚੱਲਦੀਆਂ ਨੇ ਉਹਨਾਂ ਨੇ ਨਾ ਤਾਂ ਪਹਿਲਾਂ ਕਦੀ 1984 ਤੋਂ ਪਹਿਲਾਂ ਕੁਝ ਅਚੀਵ ਕਰ ਪਾਏ ਸਨ ਅਤੇ ਨਾ ਹੀ ਅੱਜ ਦੇ ਪਰਿਪੱਖ ਵਿੱਚ ਕੁਝ ਅਚੀਵ ਕਰ ਪਾਉਣਾ ਹੈ। ਇਹ ਸਿਰਫ ਲੋਕਾਂ ਦਾ ਟਾਈਮ ਵੇਸਟ ਹੋ ਰਿਹਾ ਅਤੇ ਕਿਤੇ ਨਾ ਕਿਤੇ ਜਜ਼ਬਾਤਾਂ ਨਾਲ ਫੇਰ ਖੇਲਿਆ ਜਾ ਰਿਹਾ ਜਿਹਦਾ ਸਿੱਟਾ ਕੋਈ ਜ਼ਿਆਦਾ ਵਧੀਆ ਨਾ ਰਿਹਾ ਹੈ, ਇਤਿਹਾਸ ਦੇ ਵਿੱਚ ਨਾ ਰਹਿਣਾ। ਕੀ ਇਸ ਗੱਲ ਨਾਲ ਮੁਤਫਿਕ ਹੋ? ਮਤਲਬ ਕਿ ਬੜੇ ਫ੍ਰਿੰਜ ਐਲੀਮੈਂਟਸ ਦੇ ਆਰ ਐਵਰੀਵੇਅਰ ਇਨ ਐਵਰੀ ਰਿਲੀਜੀਅਨ। ਜਿਵੇਂ ਤੁਸੀਂ ਪੰਜਾਬ ਦੀ ਵੀ ਗੱਲ ਲੈ ਲਓ, ਆਫਟਰ 1984 ਜਿਹੜਾ ਆਪਣਾ ਮੇਨ ਟੌਪਿਕ ਆ, ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲੇ ਜਿਨ੍ਹਾਂ ਨੇ ਸੈਕਟੇਰੀਅਨ ਇਮੇਜ ਦੇਣ ਦੀ ਕੋਸ਼ਿਸ਼ ਕੀਤੀ ਆ, ਮਤਲਬ ਕਿ ਜਿਹੜਾ ਸਿੱਖ ਚੱਲ ਰਿਹਾ ਸੀ ਧਰਮ ਜੋਤ ਮੋਰਚਾ, ਉਹ ਬੇਸਿਕਲੀ ਬੀਜੇਪੀ ਤੇ ਆਰਐਸਐਸ ਦੇ ਵਰਕਰ ਸੀ। ਇਹ ਤਾਂ ਨਹੀਂ ਸੀ ਕਾਂਗਰਸ ਵਾਲੇ ਭੰਗੜਾ ਪਾਉਂਦੇ ਫਿਰਦੇ ਆ। ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਲੱਡੂ ਵੱਢਣ ਵਾਲੇ ਕੌਣ ਸੀ? ਜਾਂ ਉਸ ਤੋਂ ਬਾਅਦ ਜਦੋਂ ਇਹ ਹਿਡਨ ਫੇਸ ਆ ਕਿ 84 ਕਾਰਨੇਜ ਦੇ ਵਿੱਚ ਕੌਣ ਕੌਣ ਫੋਰਸਿਸ ਇਨਵੋਲਵ ਸੀ, ਪਰ ਬੇਸਿਕਲੀ ਵੀ ਬਲੇਮ ਦਾ ਕਾਂਗਰਸ ਗਵਰਨਮੈਂਟ ਐਂਡ ਕਾਂਗਰਸ ਪਾਰਟੀ।
ਇਹੀ ਨਹੀਂ ਮਤਲਬ ਕਿ ਦੇ ਹੈਵ ਕਨਵਰਟਡ ਦੈਟ ਸਟਰਗਲ ਇਨਟੂ ਇੰਡੀਵਿਜੂਅਲਸ ਕਿ ਇੰਡੀਵਿਜੂਅਲਸ ਰਿਸਪੋਂਸੀਬਲਸ ਇੰਡੀਵਿਜੂਅਲਸ ਕੈਨ ਡੂ ਰੋਂਗ ਪਰ ਜਿਹੜੇ ਗਵਰਨਮੈਂਟਸ ਜਾਂ ਉਸ ਟਾਈਮ ਤੇ ਵੱਡੀ ਨੈਸ਼ਨਲ ਪਾਰਟੀ ਸੀ ਦੇ ਹੈਵ ਹਾਇਰ ਰਿਸਪੋਂਸੀਬਿਲਿਟੀਸ ਜਾਂ ਆਈਦਰ ਕਿ ਦੇ ਹੈਵ ਅ ਥੌਟ ਕਿ ਵੀ ਹੈਵ ਟੂ ਡੂ ਦਿਸ ਟੂ ਅਚੀਵ ਅਵਰ ਪ੍ਰਿੰਸੀਪਲ ਜਿੱਥੋਂ ਤੱਕ ਜਿਹੜੀ ਫ੍ਰਿੰਜ ਐਲੀਮੈਂਟਸ ਦਾ ਸਵਾਲ ਆ ਫ੍ਰਿੰਜ ਐਲੀਮੈਂਟਸ ਹੈਗੇ ਨੇ ਮੈਂ ਮੰਨਦਾ ਪਰ ਦੈਟ ਡਜ਼ਨਟ ਮੀਨ ਕਿ ਦੇ ਰੈਪਰੈਜ਼ੈਂਟ ਦਾ ਹੋਲ ਕਮਿਊਨਿਟੀ ਜਾਂ ਹੋਲ ਸਿੱਖ ਨੇਸ਼ਨ ਇਹ ਟਾਈਮ ਹੈਗਾ ਟਾਈਮ ਨਾਲ ਜਿਵੇਂ ਅੱਗੇ ਸੀਗਾ ਜ਼ੋਰ ਉਦੋਂ ਘੱਟ ਗਿਆ ਟਾਈਮ ਨਾਲ ਘੱਟ ਜੂਗਾ ਪਰ ਬੇਸਿਕਲੀ ਜੇ ਚੀਜ਼ਾਂ ਹੱਲ ਕਰਨੀਆਂ ਜਿਵੇਂ ਤੁਸੀਂ ਮੈਨੂੰ ਕਹਿ ਰਹੇ ਕਿ ਮੈਂ ਮੇਨਸਟ੍ਰੀਮ ਆਈ ਡੋਂਟ ਅੰਡਰਸਟੈਂਡ ਕਿ ਮੇਨਸਟ੍ਰੀਮ ਕੀ ਆ ਮੈਂ ਆਪਣੀ ਇੱਕ ਸਧਾਰਨ ਜ਼ਿੰਦਗੀ ਜੋ ਰਿਹਾ ਹੈਗਾ ਮੈਂ ਕੋਈ ਕੰਪਰੋਮਾਈਜ਼ ਤਾਂ ਕੀਤੇ ਨਹੀਂ ਕਿ ਮੈਂ ਜੀ ਤੁਹਾਡੀ ਧਾਰਾ ਚ ਆ ਕੇ ਰਲ ਗਿਆ ਦੇਰ ਇਜ਼ ਨਥਿੰਗ ਲਾਈਕ ਦੈਟ ਨਾ ਮੈਂ ਕੋਈ ਅੰਡਰਟੇਕਿੰਗ ਦਿੱਤੀ ਆ ਈਵਨ ਜਦੋਂ ਮੇਰੀ ਰਿਲੀਜ਼ ਹੋਈ ਹੈਗੀ ਆ ਦਿੱਲੀ ਗਵਰਨਮੈਂਟ ਵੱਲੋਂ ਤੁਹਾਨੂੰ ਮਾਫ਼ੀਨਾਮਾ ਸਾਈਨ ਕਰਨਾ ਪੈਂਦਾ ਮੈਂ ਕੀਤਾ ਨਹੀਂ ਬਿਲਕੁਲ ਰੈਕਰਡ ਹੈ ਯੂ ਕੈਨ ਚੈੱਕ ਇਟ ਐਵਰੀਬਾਡੀ ਹੈਜ਼ ਟੂ ਸਾਈਨ ਬਟ ਆਈ ਰਿਫਿਊਜ਼ਡ ਕਿ ਮੈਂ ਕੋਈ ਮਾਫ਼ੀ ਵਾਲਾ ਕੰਮ ਹੀ ਨਹੀਂ ਕੀਤਾ ਮੈਂ ਕੋਈ ਮਾਫ਼ੀਨਾਮਾ ਸਾਈਨ ਕਰਨਾ ਇਹ ਚੀਜ਼ਾਂ ਮਤਲਬ ਕਿ ਠੀਕ ਹੈ ਇੰਟਰਪ੍ਰੀਟੇਸ਼ਨਸ ਨੇ ਸਰਟਨ ਇੰਟਰਪ੍ਰੀਟੇਸ਼ਨਸ ਗਵਰਨਮੈਂਟ ਡੂ ਹੈਵ ਟੂ ਚੇਂਜ ਦੇ ਹੈਵ ਟੂ ਚੇਂਜ ਦੇਅਰ ਅਪਰੋਚ ਜਿਵੇਂ ਪੰਜਾਬ ਗਵਰਨਮੈਂਟ ਆ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਆ ਆਈ ਥਿੰਕ ਹੀ ਕਲੇਮਸ ਕਿ ਹੀ ਹੈਜ਼ ਬੀਨ ਦਾ ਮੇਨ ਪ੍ਰੋਪੋਨੈਂਟ ਆਫ ਦਾ ਸਿੱਖਸ 1984 ਤੋਂ ਬਾਅਦ ਹੀ ਰਿਜ਼ਾਈਨ ਆਈ ਥਿੰਕ ਫਸਟ ਐਂਡ ਫੋਰਮੋਸਟ ਸਟੈਪ ਹੀ ਕੈਨ ਟੇਕ ਇਸ ਕਿ ਹੀ ਸ਼ੁੱਡ ਡਿਕਲੇਅਰ ਜੂਨ 6 ਐਜ਼ ਅ ਪਬਲਿਕ ਹੋਲੀਡੇ ਐਟ ਲੀਸਟ ਐਜ਼ ਅ ਮੈਮਰੀ ਠੀਕ ਆ ਆਦਮੀ ਵੀ ਮਰੀ ਆ ਪਰ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਇਨੋਸੈਂਟ ਪਿਲਗ੍ਰਿਮਸ ਵੀ ਤਾਂ ਮਰੇ ਨੇ ਜੇ ਆਪਣੇ ਕੋਲੇ ਸਿੱਖਾਂ ਕੋਲੇ ਦੇ ਹੈਡ ਦਾ ਪਾਵਰ ਦੇ ਕੁਡ ਹੈਵ ਗੋਨ ਫਾਰ ਦਾ ਇੰਟਰਨੈਸ਼ਨਲ ਟ੍ਰਿਬਿਊਨਲਸ ਟੂ ਚਾਰਜ ਦਾ ਇੰਡੀਅਨ ਆਰਮੀ ਔਰ ਦਾ ਗਵਰਨਮੈਂਟ ਫਾਰ ਵਾਰ ਕ੍ਰਾਈਮਸ ਇੱਦਾਂ ਦੇ ਚਾਰਜਿਸ ਲੱਗੇ ਨੇ ਅੱਡ ਅੱਡ ਕੰਟਰੀਜ਼ ਹੁਣੀ ਰਵਾਂਡਾ ਦਾ ਕਬੂਜਾ ਫੜਿਆ ਜਿਹਨੇ ਕਿ ਟੁਸੀ ਜਿਹੜੀ ਕਤਲੇਆਮ ਹੋਈ ਸੀ 1994 ਚ ਉਹਨੇ ਪਾਰਟੀਸਪੇਟ ਕੀਤਾ ਪਰ ਇੱਥੇ ਵੀ ਤਾਂ ਕਾਰਨੇਜ ਹੋਈ ਆ ਇੱਥੇ 1984 ਨਵੰਬਰ ਚ ਵੀ ਕਾਰਨੇਜ ਹੋਈ ਆ ਜੋ ਵੀ ਸੀਗਾ ਉਹ ਗਵਰਨਮੈਂਟ ਵੁੱਡ ਹੈਵ ਬੀਨ ਹੈਲਡ ਰਿਸਪੋਂਸੀਬਲ ਜਿਵੇਂ ਸ਼੍ਰੀਲੰਕਾ ਚ ਹੋਇਆ ਸ਼੍ਰੀਲੰਕਾ ਚ ਹਜੇ ਚੱਲ ਰਹੀ ਹੈ ਇਨਕੁਆਇਰੀ ਪਰ ਉਹਨਾਂ ਨੇ ਵਾਰ ਕ੍ਰਾਈਮਸ ਦਾ ਨੋਟਿਸ ਤਾਂ ਦੇਤਾ ਨਾ ਉਹਨਾਂ ਨੂੰ ਮਤਲਬ ਕਿ ਇੱਥੇ ਵਾਰ ਕ੍ਰਾਈਮਸ ਨਹੀਂ ਹੋਏ ਮਤਲਬ ਕਿ ਆਹ ਸਿਚੁਏਸ਼ਨਸ ਜਿਹੜੀਆਂ ਨੇ ਇਹਨਾਂ ਨੂੰ ਐਡਰੈਸ ਕਰਨ ਦੀ ਲੋੜ ਆ ਤਾਂ ਕਿ ਉਹ ਜਿਹੜੇ ਮੁੱਦੇ ਜਾਂ ਹੋਰ ਹੋਲੀਡੇਜ਼ ਹੁੰਦੀਆਂ ਨੇ ਕੈਂਟ ਵੀ ਕਮੈਮੋਰੇਟ ਜੂਨ 6 ਜਦੋਂ ਐਵਰੀਬਾਡੀ ਐਗਰੀ ਕਿ ਟ੍ਰੈਜਿਕ ਇਵੈਂਟਸ ਹੈਜ਼ ਹੈਪਨਡ ਐਂਡ ਦੈਟ ਹੈਜ਼ ਗਿਵਨ ਏ ਵੈਰੀ ਇਮੋਸ਼ਨਲੀ ਐਂਡ ਸੈਂਟੀਮੈਂਟਲੀ ਇਟ ਹੈਜ਼ ਹਰਟ ਦਾ ਸਿੱਖਸ ਐਂਡ ਫਾਰ ਗੁੱਡ जी किल साहब जानते जानते क्योंकि समा भी आप काफ़ी ले चुके हैं लेकिन आखिरी सवाल मेरा वही 1984 ऑपरेशन ब्लू स्टार नू तुसी फाइनली जे मैं कुछ शब्दों से मनना किन्ना क मिसप्लेस्ड मिसएडवेंचर मानते हो भारत सरकार भारतीय फौज का तो एक बहुत ही फेल्ड ऑपरेशन सी जो कि बहुत ही गलत सोचा गया सीगा लेकिन ऑन पार्ट ऑफ जिहड़े मतलब इस पासे ऑन द अदर साइड सां जरनैल सिंह भिंडरा वाले ਉਹਨਾਂ ਦੇ ਨਾਲ ਦੇ ਜਿਹੜੇ ਫਾਈਟਰ ਸਨ ਸ਼ੁਭੇਕ ਸਿੰਘ ਉਹਨਾਂ ਜੋ ਕਿ ਖੁਦ ਇੱਕ ਮਿਲਟਰੀ ਜਰਨੈਲ ਰਹਿ ਚੁੱਕੇ ਸਨ ਇਹਨਾਂ ਲਈ ਇਹ ਕਿੰਨਾ ਕੁ ਵੱਡਾ ਮਿਸਐਡਵੈਂਚਰ ਹੈ ਇਸ ਨੂੰ ਤੁਸੀਂ ਟੋਟਲੀ ਇੱਕ ਮਿਸਪਲੇਸਡ ਪ੍ਰਾਇਰਟੀਜ਼ ਵਾਲੀ ਲੜਾਈ ਮੰਨ ਕੇ ਇਸ ਨੂੰ ਖਤਮ ਕੀਤਾ ਜਾ ਸਕਦਾ ਦੋਵੇਂ ਪਾਸਿਓਂ ਆਪਾਂ ਇਕੱਲਾ ਇਹ ਨਾ ਕਹੀਏ ਵੀ ਇੱਕ ਪਾਸਾ ਗਲਤ ਸੀਗਾ ਇੱਕ ਪਾਸੇ ਨੇ ਗਲਤੀ ਕੀਤੀ ਅਟੈਕ ਕਰਨ ਦੀ ਗਲਤੀ ਕੀਤੀ ਲੇਕਿਨ ਦੂਸਰੇ ਪਾਸੇ ਵੀ ਬਹੁਤ ਸੇ ਐਸੇ ਧੜੇ ਸਨ ਜੋ ਕਿ ਸ਼ਾਇਦ ਇੱਕ ਦੂਸਰੇ ਨੂੰ ਸਪੋਰਟ ਵੀ ਨਹੀਂ ਕਰ ਪਾਏ ਜਾਂ ਸਹੀ ਤਰੀਕੇ ਨਾਲ ਗਾਈਡ ਵੀ ਨਹੀਂ ਕਰ ਪਾਏ ਉਹ ਇਕੱਲਾ ਸਨ ਜਰਨੈਲ ਸਿੰਘ ਨੇ ਉਹਦੇ ਨਾਲ ਹੋਰ ਵੀ ਬਹੁਤ ਆਊਟਫਿਟ ਸਨ ਜਿਨ੍ਹਾਂ ਨੂੰ ਕਿ ਜਿਨ੍ਹਾਂ ਦੇ ਰੋਲ ਉੱਤੇ ਚਰਚਾ ਘੱਟ ਹੁੰਦੀ ਹੈ ਲੇਕਿਨ ਉਹ ਸਾਰੇ ਐਗਜ਼ਿਸਟ ਕਰਦੇ ਸਨ ਅਤੇ ਉਸ ਮੌਕੇ ਨੂੰ ਕਾਫੀ ਹੱਦ ਤੱਕ ਫਰਕ ਵੀ ਉਹਦੇ ਵਿੱਚ ਪਾ ਰਹੇ ਸਨ ਚਾਹੇ ਪੋਲੀਟੀਕਲ ਲੈਵਲ ਦੀ ਗੱਲ ਹੋਏ ਜਾਂ ਫਿਰ ਜਿਹੜਾ ਸੈਪਰੇਟਿਸਟ ਲੈਵਲ ਦੀ ਗੱਲ ਹੋਏ 1984 ਦਾ ਸਵਾਲ ਹੈਗਾ ਅਟੈਕ ਦਾ ਉਹ ਤਾਂ ਮੈਂ ਪਹਿਲੇ ਵੀ ਜ਼ਿਕਰ ਕਰ ਚੁੱਕਿਆ ਆਈ ਥਿੰਕ ਦੈਟ ਵਾਸ ਅ ਮਿਸਐਡਵੈਂਚਰ ਔਨ ਦਾ ਪਾਰਟ ਆਫ ਇੰਦਰਾ ਗਾਂਧੀ ਉਹ ਤਾਂ ਹੋ ਚੁੱਕਾ ਮੈਂ ਇਧਰਲੇ ਪਾਸੇ ਦੀ ਗੱਲ ਕਰ ਰਿਹਾ ਉਹ ਸਾਨੂੰ ਸਭ ਨੂੰ ਪਤਾ ਹੈ ਜੀ ਹਾਂ ਮੈਂ ਦੂਸਰੇ ਪਾਸੇ ਤੇ ਜਾਣਾ ਉਹਨੇ ਇੱਕ ਤਰ੍ਹਾਂ ਹਿਸਟਰੀ ਨੂੰ ਰੀਡਿਫਾਈਨ ਕਰਨ ਦੀ ਗੱਲ ਕੀਤੀ ਆ ਪ੍ਰਾਈਮ ਮਿਨਿਸਟਰ ਸੀ ਐਟ ਦੈਟ ਟਾਈਮ ਸ਼ੀ ਵਾਜ਼ ਅ ਪਾਵਰਫੁਲ ਵੂਮਨ ਐਂਡ ਸ਼ੀ ਟਰਾਈਡ ਟੂ ਰੀਡਿਫਾਈਨ ਸੇਮ ਵੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਫਟਰ ਲੌਂਗ ਸਿਮਰਿੰਗਸ ਜਿਹੜੀਆਂ ਸਿੱਖ ਕੌਮ ਵਿੱਚ ਚੱਲ ਰਹੀਆਂ ਸੀ ਹੀ ਟੂ ਵਾਂਟਡ ਟੂ ਰੀਡਿਫਾਈਨ ਦਾ ਸਿੱਖ ਸਟਰਗਲ
अनफॉर्चुनेटली ही मेट जनरल सबेक सिंह जी। जनरल सबेक सिंह वाज़ पंजाबी च मैं गल करांगा डिसऑनरली गिल साहब पंजाबी च थोड़ा जिहा असीं गल पटक रहे हां कोई साडे व्यूअर्स नहीं समझ पाणगे गल जी। जनरल सबेक सिंह जिहड़े सीगे उहनां नूं आर्मी दे विचों बड़ा बेगैरत हो के कढ़िया गया सी, जबकि उहदा कोई एडा कसूर नहीं सी। उह वी ऑन द लास्ट डे ऑफ हिज रिटायरमेंट ਉਹ ਪੂਰੀ ਆਪਣਾ ਜੋ ਰੰਜਿਤ ਸੀ ਜਾਂ ਜੋ ਸੀ ਬੀਂਗ ਏ ਸਿੱਖ ਟੂ ਉਹ ਆਪਣਾ ਦਰਬਾਰ ਸਾਹਿਬ ਚ ਆ ਜਾਂਦੇ। ਉਹ ਇੱਕ ਸਿੰਗਲ ਹੈਂਡਲੀ ਇੱਦਾਂ ਦੀ ਫੋਰਸ ਸੰਤ ਜਰਨੈਲ ਸਿੰਘ ਭਿੰਡਰਾਲਾ ਨੂੰ ਮਿਲੀ ਜਿਹਨੇ ਟੋਟਲੀ ਰੀਡਿਫਾਈਨ ਕਰਤਾ ਜਿਹੜੀ ਸਿੱਖਾਂ ਦੀ ਸੀਗੀ ਉਸ ਟਾਈਮ 'ਤੇ ਡਿਫੈਂਸ ਅਗੇਂਸਟ ਦਾ ਇੰਡੀਅਨ ਆਰਮੀ। ਇਹ ਨਹੀਂ ਕਿ ਇੰਡੀਅਨ ਆਰਮੀ ਨੇ ਗਲਤ ਪਲੈਨ ਕੀਤਾ ਜਾਂ ਕਿਵੇਂ, ਪਰ ਐਡੇ ਐਡੇ ਜਰਨਲ ਨੇ, ਇੰਡੀਅਨ ਆਰਮੀ ਦੀ ਐਡੀ ਲੌਂਗ ਹਿਸਟਰੀ ਆ। I don't think ਕਿ ਆਪਣੇ ਵੱਲੋਂ ਰੋਂਗ ਪਲਾਨ ਕਰਕੇ ਚੱਲੇ ਹੁਣ, ਪਰ ਕ੍ਰੈਡਿਟ ਸ਼ੁੱਡ ਗੋ ਟੂ ਜਨਰਲ ਸਬੇਕ ਸਿੰਘ, ਜੋ ਮੈਨੂੰ ਮੇਰੇ ਨਾਲ ਦੇ ਦੋਸਤ ਮੇਰੇ ਨਾਲ ਰਹੇ ਸਾਥੀ ਸੁਖਵਿੰਦਰ ਸਿੰਘ ਸਿੰਧਾ ਨੇ ਦੱਸਿਆ ਜਾਂ ਹੋਰ ਬੰਦੇ ਸਾਨੂੰ ਮਿਲੇ ਜਿਹੜੇ ਅੰਦਰ ਅਟੈਕ ਵੇਲੇ ਦੇ ਵਿੱਚ ਪ੍ਰੈਜੈਂਟ ਇਨਸਾਈਡ ਦਾ ਕਾਲ ਤੱਕ ਸਾਹਿਬ, ਉਹ ਜਿਹੜੀ ਗੱਲ ਹੋਈ ਹੈ ਕਿ ਜਨਰਲ ਸਬੇਕ ਸਿੰਘ ਆਪ ਅਖੀਰਲੇ ਮੂਵਮੈਂਟ ਤੱਕ ਮੋਰਚਿਆਂ 'ਤੇ ਜਾ ਕੇ ਆਉਂਦਾ ਸੀ ਜਿੱਥੇ ਜਿੱਥੇ ਵੀ ਉਹਨੇ ਸੈਟਅਪ ਕੀਤੇ ਸੀ। ਐਂਡ ਜਦੋਂ ਉਹਨਾਂ ਦੀ ਲਾਸਟ ਉਸ ਬੰਦੇ ਨੇ ਸਿੰਗਲ ਹੈਂਡਲੀ ਇੰਡੀਅਨ ਆਰਮੀ ਨੂੰ ਐਡੀ ਵੱਡੀ ਸੈਟਬੈਕ ਦਿੱਤੀ ਵਿਚ ਵਾਜ਼ ਨੋਟ ਪੋਸੀਬਲ, ਇੰਨੇ ਕੋਈ ਵੱਡੇ ਹਥਿਆਰ ਨਹੀਂ ਸੀ ਇਹਨਾਂ ਕੋਲੇ, ਰੂਡੀਮੈਂਟਰੀ ਹਥਿਆਰ ਸੀ ਜੇ ਕੁਛ, ਆਟੋਮੈਟਿਕ ਵੈਪਨ ਵੀ ਸੀਗੇ ਜਾਂ ਉਹ ਸੀਗੇ, ਉਹ ਇੰਡੀਅਨ ਆਰਮੀ ਅੱਗੇ ਕੀ ਮੈਟਰ ਕਰਦੇ ਨੇ, ਇਹਨਾਂ ਕੋਲ ਕਿਹੜਾ ਕੋਈ ਤੋਪਾਂ ਸੀ ਜਾਂ ਆਰਟਿਲਰੀ ਸੀ, ਪਰ ਸਟਿਲ ਦੇ ਗੇਵ ਦ ਗ੍ਰੀਵਸ ਇੰਜਰੀ ਟੂ ਦ ਇੰਡੀਅਨ ਆਰਮੀ। ਆਖਿਰਕਾਰ ਜਦੋਂ ਮੇਰੇ ਜਿਵੇਂ ਦੋਸਤ ਨੇ ਦੱਸਿਆ ਮੇਰੇ ਸਾਥੀ ਨੇ, ਅਖੀਰ ਚ ਜਾ ਕੇ ਜਦੋਂ ਉਹਨਾਂ ਦੀ ਸ਼ਹੀਦੀ ਵੇਖਦੀ ਆ ਰਾਤ ਨੂੰ 10 ਜਾਂ 10:30 ਵਜੇ 5 ਜੂਨ ਨੂੰ, ਉਹ ਜਾ ਕੇ ਅਕਾਲ ਤਖਤ ਸਾਹਿਬ ਤੋਂ ਨਿਕਲ ਕੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਵਿਚਾਲੇ ਸੀ ਜਦੋਂ ਉਹਨਾਂ ਨੂੰ ਬਸਟ ਵੱਜਦੀ ਆ। ਬੇਸਿਕਲੀ ਜੋ ਮੈਂ ਅੱਜ ਸੋਚਦਾ ਹੈਗਾ, ਹੀ ਅਚੀਵਡ ਹਿਸ ਸਾਲਵੇਸ਼ਨ, ਜਿਹੜਾ ਏਮ ਲੈ ਕੇ ਆਏ ਸੀ ਜਾਂ ਜੋ ਕੁਛ ਸੀ ਉਹਨੇ ਕਿਹਾ ਵੀ ਜੋ ਹੋਣਾ ਉਹਨਾਂ ਨੇ ਅਰਪਣ ਕਰਤਾ ਸੀ ਆਪਣਾ। ਐਂਡ ਹੀ ਬੇਸਿਕਲੀ ਮੈਂ ਤਾਂ ਕਹੂੰਗਾ ਕਿ ਬਲੈਸਡ ਸੋਲ ਆ, ਕਿ ਉਹਨੂੰ ਆਪਣਾ ਮਰਨਾ ਤਾਂ ਸਭ ਨਹੀਂ ਹੈ ਜੀ, ਹੁਣ ਐਂ ਤਾਂ ਹੈ ਨਹੀਂ ਲੰਗਵਾਲ ਉਹਨਾਂ ਵਾਂਗੂ ਜਾ ਕੇ ਮਿੰਨਤਾਂ ਕਰਨ ਲੱਗ ਜਾਓ ਜਾਂ ਤੁਹਾਡੀ ਦੁਨੀਆਂ ਤਾਂ ਆਰਮੀ ਮਾਰ ਰਹੀ ਆ, ਤੁਸੀਂ ਤਰਲੇ ਕਰਕੇ ਆਰਮੀ ਦੀ ਗੱਡੀ ਚੜ੍ਹ ਕੇ ਬਸਤਰ ਬੰਦ ਜਾ ਕੇ ਸਰੈਂਡਰ ਕਰ ਲਓ। ਇੱਦਾਂ ਦੇ ਡਿਕਟੇਟਰ ਆਫ ਦਾ ਧਰਮ ਯੁੱਧ ਮੋਰਚਾ ਜੇ ਇੱਦਾਂ ਦੀ ਰਿਸਪੋਂਸਿਬਿਲਟੀ ਤੋਂ ਭਜਦਾ, ਉਸੇ ਤਰ੍ਹਾਂ ਦੀ ਸਿੱਖ ਲੀਡਰਸ਼ਿਪ ਹੁਣ ਵੀ ਮੌਜੂਦ ਆ। ਇਸ ਕਰਕੇ ਇਹਨਾਂ ਚੀਜ਼ਾਂ ਦਾ ਮੈਂ ਕਹਿੰਦਾ ਬੇਸਿਕ ਰੀਜ਼ਨ ਆ ਕਿ ਕੋਈ ਮਲਮ ਲੱਗ ਨਹੀਂ ਸਕੀ, ਭਾਵੇਂ ਇਹ ਕੋਈ ਵੱਡੇ ਪੱਧਰ ਤੇ ਨਹੀਂ ਹੈਗਾ ਇੱਦਾਂ ਦਾ ਰੋਸ, ਪਰ ਲੋਕਾਂ ਦੇ ਮਨਾਂ 'ਚ ਜ਼ਰੂਰ ਰਹਿੰਦਾ ਕਿ ਸਾਡੇ ਨਾਲ 84 'ਚ ਮਾੜਾ ਹੋਇਆ ਸੀ, ਉਹ ਐਕਸਪ੍ਰੈਸ ਨਹੀਂ ਕਰ, ਮਤਲਬ ਕਿ ਡਿਫਰੈਂਟ ਓਪੀਨੀਅਨਸ ਨੇ। ਕੋਈ ਕਹਿੰਦਾ ਵੀ ਸਾਨੂੰ ਜਰਨੈਲ ਸਿੰਘ ਭਿੰਡਰਾਲਾ ਨੇ ਪ੍ਰੋਵੋਕ ਕੀਤਾ, ਆਈ ਥਿੰਕ ਕਿ ਸਰਟਨ ਲੈਵਲ ਪ੍ਰੋਵੋਕੇਸ਼ਨ ਹੋਈ ਆ, ਪਰ ਇੰਨੀ ਪ੍ਰੋਵੋਕੇਸ਼ਨ ਨਹੀਂ ਹੋਈ ਕਿ ਤੁਸੀਂ ਆ ਕੇ ਦਰਬਾਰ ਸਾਹਿਬ ਤੇ ਇੰਡੀਅਨ ਆਰਮੀ ਲੈ ਕੇ ਆ ਜਾਓ, ਜਿੱਥੇ ਇੰਡੀਅਨ ਆਰਮੀ ਨੂੰ ਸਿਖਾਇਆ ਗਿਆ ਕਿ ਤੁਸੀਂ ਆਪਣੀ ਓਪੋਜ਼ਿਟ ਆਰਮੀ ਦੇ ਨਾਲ ਲੜਨ ਦਾ, ਕੋਈ ਆਪਣੇ ਸਿਟੀਜ਼ਨਸ ਨੂੰ ਮਾਰ ਕੇ ਓਪੋਜ਼ਿਟ ਆਰਮੀ ਬਣ ਜਾਣਾ, ਦੈਟ ਇਜ਼ ਮੇਰਾ ਖਿਆਲ ਸਾਰੰਸ, ਜੇ ਆਪਾਂ ਦੇਖੀਏ ਤਾਂ ਇਹੀ ਆ। ਕੋਈ ਨਾ ਇਹਦੀ ਇਨਕੁਆਇਰੀ ਹੋਈ ਆ, ਨੋਟ ਡੂ ਐਨੀਥਿੰਗ ਹੈਜ਼ ਹੈਪਨਡ, ਬੇਸਿਕਲੀ ਕਿਉਂ ਇਹ ਸਟੈਪ ਚੱਕਿਆ ਗਿਆ ਐਂਡ ਵਟ ਹੈਜ਼ ਬੀਨ ਅਚੀਵਡ, ਇਹ ਬੇਸਿਕ ਪੁਆਇੰਟ ਆ ਕਿ ਡਿਡ ਇਹ ਕੁਝ ਅਚੀਵ ਕਰ ਸਕਿਆ ਜੀ। ਜੀ ਚਲੇ ਗਿੱਲ ਸਾਹਿਬ, ਇਸੀ ਨੋਟ ਦੇ ਉੱਤੇ ਆਪਾਂ ਮੈਨੂੰ ਲੱਗਦਾ ਇਸ ਗੱਲਬਾਤ ਨੂੰ, ਚਰਚਾ ਨੂੰ, ਕਿਉਂਕਿ ਸਮਾਂ ਕਾਫੀ ਹੋ ਗਿਆ, ਵਾਈਂਡ ਅਪ ਵੀ ਕਰਤਾ। ਤੁਸੀਂ ਰਣਜੀਤ ਸਿੰਘ ਕੁੱਕੀ ਗਿੱਲ ਸਾਹਿਬ ਨੂੰ ਸੁਣ ਰਹੇ ਸਨ। ਇਹ ਉਹ ਸ਼ਖਸ ਹੈਗੇ ਨੇ ਜਿਨ੍ਹਾਂ ਨੇ ਕਿ ਅੱਜ ਗੱਲਬਾਤ ਆ ਜੋ ਮਰਜ਼ੀ ਹੋਣ, ਜਾਂ ਮੂਵਮੈਂਟਾਂ ਦੀ ਗੱਲਬਾਤ ਹੋਵੇ ਜਾਂ ਫਿਰ ਗੱਲਬਾਤ ਹੋਵੇ 1984 ਦੇ ਓਪਰੇਸ਼ਨ ਬਲੂ ਸਟਾਰ, ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਜਿਹੜਾ ਸਿੱਖ ਕਾਰਨੇਜ ਹੋਇਆ, ਕਤਲਗਾਰਤ ਹੋਈ ਦਿੱਲੀ ਦੇ ਵਿੱਚ, ਉਸਦੇ ਬਦਲਿਆਂ ਨੂੰ ਲੈਣ ਦੀ ਜਾਂ ਅੱਜ ਵੀ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਉਭਾਰਨ ਦੀਆਂ ਕੋਸ਼ਿਸ਼ਾਂ ਵਿਦੇਸ਼ੋਂ ਹੁੰਦੀਆਂ ਰਹਿੰਦੀਆਂ ਨੇ, ਲੇਕਿਨ ਅੱਜ ਜਦੋਂ 36 ਸਾਲਾਂ ਬਾਅਦ ਅਸੀਂ ਇਸ ਸਾਕੇ ਨੂੰ ਯਾਦ ਕਰਦੇ ਹਾਂ, ਉਸ ਵਕਤ ਅਜਿਹੇ ਜਿਹੜੀ ਕਿਰਦਾਰ ਹੈਗੇ ਨੇ ਰਣਜੀਤ ਸਿੰਘ ਗਿੱਲ ਸਾਹਿਬ ਵਰਗੇ, ਜੋ ਕਿ ਇਸ ਬਲੂ ਸਟਾਰ ਦੇ ਓਪਰੇਸ਼ਨ ਤੋਂ ਬਾਅਦ ਇੰਨੇ ਪ੍ਰਭਾਵਿਤ ਹੋਏ ਜਾਂ ਇੰਨੇ ਦੁਖੀ ਹੋਏ, ਇੰਨੇ ਚਿੰਤਿਤ ਹੋਏ,
कि इन्हों की जिंदगी का कोर्स इन्हों की जिंदगी की एक लीह बदल गई, ट्रैक बदल गया, तो उसने इन्हों एक ऐसे खूनी साके वाल लैके एक वक्री डायरेक्शन वाल लैके तुरना शुरू करता, जिस तो बाद कि इन्हों की अगली पूरी जिंदगी बदल चुकी सी। उस दौरान इन्होंने हिंसक घटनावां दे विच भी बहुत कुछ अचीव किया, लेकिन फाइनली क्लोजर होया इन्हों के केस दे विच एक तरीके नाल। वो शख्स जिसनों इन्होंने मारिया सन अपने साथियों नाल मिलके, उसकी बेटी ने ही इन्हों की सज़ा घटाने या कम्यूट कराने इन्हों की मदद भी की, एक किस्म का व्यक्तिगत क्लोजर। लेकिन अज भी यहोजे लोग है जो महसूस करते हैं भी सारिया गल बात सारी जी हिंसा की प्रवृत्ति हैगी है उसका कोई मायना नहीं है, क्लोजर नहीं होया, इंसाफ होना चाहिए, गल्ला बात दोबारा खुलनिया जरूर चाहिए ने। लेकिन जी वी गल है वो यही है भी उत्तेजक होकर प्रवोक होकर या जज्बाती होकर इस पूरी सिचुएशन को टैकल नहीं किया जा सकता। सरकारां दे पद्धर ते क्लोजर दे पद्धर ते स्टेट दे पद्धर ते गल्लां बातां होण, लेकिन जदों भी असीं इस साके नूं याद करदे हां ऑपरेशन ब्लू स्टार नूं, उस वक्त सानूं बहुत से सबक जिहड़े मिल चुके ने उन्हां नूं दुबारा याद करन दी वी नाल नाल लोड़ है। सिर्फ उन्हां जख्मां नूं ना वेखीए, उन्हां जख्मां तों बाद जिहड़े दहाकियां तक सानूं सबक मिलते रहे हैगे ने उन्हां नूं वी वेखण दी लोड़ है ते समझण दी लोड़ है। गिल साहब बहुत बहुत धन्नवाद अपना कीमती समां कढ़न लई, साडे नाल इस चर्चा दे विच शिरकत करन लई। उम्मीद करांगे साडे दर्शकों नूं एक गलबात काफ़ी ठीक लगी होएगी। बहुत बहुत धन्यवाद, वर्ल्ड पंजाबी टीवी देखते रहो। वो अपना दरबार साहब च आ जाते, वो एक सिंगल हैंडली इदा की फोर्स सन जरनैल सिंह भिंडाला मिली, जिन्हें टोटली रीडिफाइन करता जी सिखा दी उस टाइम तो डिफेंस अगेंस्ट द इंडियन आर्मी। ये नहीं कि इंडियन आर्मी ने गलत प्लैन किया या किए, पर एडे एडे जनरल इंडियन आर्मी की एड्डी लोंग हिस्टरी आ। I don't think कि अपने वालों wrong plan करके चले हों, पर credit should go to General Beg Singh, जो मैनू मेरे नाल दे दोस्त मेरे नाल रहे साथी सुरिंदर सिंह सिंधा ने दस्या, या होर बंदे सन मिले जिहड़े अंदर अटैक वेले ते पर प्रेजेंट इनसाइड दा काम तक सहा, वो जिहड़ी गल हुई है कि जनरल सुरेग सिंह आप पिछले मूवमेंट तक मोर्चा ते जाके उन्हां दा सी जिस ते उन्हें सैटअप कीते सी। एंड जो उन्होंने लास्ट उस बंद ने सिंगल हैंडली इंडियन आर्मी एड्डी वीडी सैटबैक विच वॉज नॉट पॉसीबल, पंजाब च गुस्सा भी सी, बेबसी भी सी, भी साढ़े ना इन्ना कुछ हो गया असी कुछ कर ही नहीं सके। जो दरबार साहब से अटैक भी होया ना जी, उस तो बाद जो कॉन्सपिरेसी थ्योरी चली आ इस चीज़ के यह भावना दिखती गई सी कि जो भी दरबार साहब पर जी अटैक होया तो पाकिस्तान जी आर्मी है दैट विल इंटर एंड दे विल कम इन सपोर्ट ऑफ द सिख्स या संत जरनैल सिंह भिंडाला। इस तरह यह प्रचारया जा रहा है कि शायद सी आई ए जी है सम हाउ दे आर सपोर्टिंग संत जरनैल सिंह भिंडाला। जो असी बाहर जाके देखिया इदा की कोई गल ही नहीं सी, हर रेंडम 2020 है जो कोई सोच रहा कि शायद असी सिख मूवमेंट द्वारा अठारह मिले, मेरे ख्याल बड़ी मिसप्लेस्ड जजमेंट है। दे आर थिंकिंग कि इतने कोई पंजाब च वायलेंस क्रिएट करके असी लोगों या सिखा दे विच भावना चला लेंगे, ना अगे वायलेंस ने कोई रोल प्ले किया है जोड़ा भी सिख स्ट्रगल चलिया उत्साह कर ठीक आ। वो देखने को ऑन द सरफेस लगता कि वी आर क्रिएटिंग समथिंग वेयर देयर इज नथिंग।